ਦੇਸ਼ ਕੌਮ ਤੇ ਵਤਨ ਦੀ ਅਣਖ ਬਦਲੇ ਵਾਰ ਜਾਮਦਾ ਸੂਰਮਾ ਜਾਨ ਕੋਈ ਆਪਣੇ ਹੱਕਾਂ ਲਈ ਮਰਦੇ ਨੇ ਸਭ ਇੱਥੇ ਆਪਣੇ ਹੱਕਾਂ ਲਈ ਮਰਦੇ ਨੇ ਸਭ ਇੱਥੇ ਤੇ ਹੁੰਦਾ ਦੂਜਿਆਂ ਲਈ ਕੁਰਬਾਨ ਕੋਈ ਲੋਕੀ ਸਦਾਈ ਉਹਨਾਂ ਨੂੰ ਪੂਜਦੇ ਨੇ ਤੇ ਜਿਹੜੇ ਕਰ ਜਾਂਦੇ ਕੰਮ ਮਹਾਨ ਕੋਈ ਤੇ ਜਿਹੜੇ ਕਰ ਜਾਂਦੇ ਕੰਮ ਮਹਾਨ ਕੋਈ ਉਹ ਜੀਮ ਜਿਨ੍ਹਾਂ ਨੇ ਮੌਤ ਨੂੰ ਗਲੇ ਲਾਇਆ ਉਹ ਤਾਂ ਕਦੇ ਵੀ ਵੈਰੀ ਤੋਂ ਝੁਕਦੇ ਨਹੀਂ ਉਹ ਇੱਥੇ ਲੱਖਾਂ ਸਰਕਾਰਾਂ ਨੇ ਜੋਰ ਲਾਇਆ ਪਰ ਸਿੰਘ ਤਾਂ ਮਾਰਿਆ ਮੁੱਕਦੇ ਧੰਨ ਖਾਲਸਾ ਤੇ ਧੰਨ ਕੁਰਬਾਨੀਆਂ ਨੇ ਕਾਰਨਾਮੇ ਪੜ੍ਹੀਏ ਤਾਂ ਪੜਿਆ ਮੁੱਕਦੇ ਨਹੀਂ ਉਹ ਬਬਲਿਆ ਪੜ ਇਤਿਹਾਸ ਮੈਂ ਆਪ ਡਿੱਠਾ ਜਾਂਦੇ ਮੰਜ਼ਿਲ ਨੂੰ ਫੇਰੇ ਰੁਕਦੇ ਨਹੀਂ ਜਾਂਦੇ ਮੰਜ਼ਿਲ ਨੂੰ ਫੇਰੇ ਰੁਕਦੇ ਫੱਟੇ ਵਿੱਚ ਜਾਲਮਾ ਸਰੀਰ ਬੰਨਿਆ ਮਤੀ ਦਾਸ ਪਾਣਾ ਵਾਹਿਗੁਰੂ ਦਾ ਮੰਨਿਆ ਮਤੀ ਦਾਸ ਪਾਣਾ ਵਾਹਿਗੁਰੂ ਦਾ ਮੰਨਿਆ ਹੋ ਆਰੇ ਨਾਲ ਕਾਇਆ ਦਿੱਤੀ ਜੀਰ ਸਿੱਖ ਦੀ ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ ਫੱਟੇ ਵਿੱਚ ਜਾਲਮਾ ਸਰੀਰ ਬੰਨਿਆ ਮਤੀ ਦਾਸ ਪਾਣਾ ਵਾਹਿਗੁਰੂ ਦਾ ਮੰਨਿਆ ਮਤੀ ਦਾਸ ਪਾਣਾ ਵਾਹਿਗੁਰੂ ਦਾ ਮੰਨਿਆ ਹੋ ਆਰੇ ਨਾਲ ਕਾਇਆ ਦਿੱਤੀ ਚੀਰ ਸਿੱਖ ਦੀ ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ ਦੇਗ ਚ ਦਿਆਲ ਦਾਸ ਨੂੰ ਉਬਾਲਿਆ ਝੁਕਿਆ ਨਾ ਸਿੱਖ ਵੈਰੀ ਜੋਰ ਲਾ ਲਿਆ ਝੁਕਿਆ ਨਾ ਸਿੱਖ ਵੈਰੀ ਜੋਰ ਲਾ ਲਿਆ ਹੋ ਮੌਤ ਦੀ ਕਲਮ ਵੇਖੀ ਹੀਰ ਲਿਖਦੀ ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ ਹੋ ਰੂਹ ਦੇ ਵਿੱਚ ਬੱਜੀ ਇੱਕ ਦੇਹੀ ਮੱਚਦੀ ਪਿੰਜਰੇ ਚ ਵੇਖ ਰਹੀ ਮੂਰਤ ਸੱਚਦੀ ਪਿੰਜਰੇ ਚ ਵੇਖ ਰਹੀ ਮੂਰਤ ਸੱਚਦੀ
ਪੈਰਾਂ ਦੀ ਜਿਹੜੀ ਹੈ ਜ਼ਮੀਰ ਲਿਖਦੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ। ਓ ਖੂਨੀ ਕਾਂਡ ਰਾਜ ਦਿੱਤਾ ਗਾਡ ਰੋਣ ਲਈ, ਦੇਖਦੇ ਬਹਾਦਰ ਨਾ ਮੱਥਾ ਲਾਉਣ ਲਈ, ਖੂਨੀ ਕਾਂਡ ਖੂਨੀ ਕਾਂਡ ਰਚ ਦਿੱਤਾ ਗਿਆ ਡਰਾਉਣ ਲਈ, ਦੇਖਦੇ ਬਹਾਦਰ ਨਾ ਮੱਥਾ ਲਾਉਣ ਲਈ, ਦੇਖਦੇ ਬਹਾਦਰ ਨਾ ਮੱਥਾ ਲਾਉਣ ਲਈ। ਹੋ ਜੁਗਾਂ ਤੱਕ ਰਹਿਣੀ ਜਸਵੀਰ ਜਿਸਨੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ, ਜੁਗਾਂ ਤੱਕ ਰਹਿਣੀ ਜਸਵੀਰ ਜਿਸਨੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ। ਹੋ ਸਿੱਖਿਆ ਨਾ ਰਹਿਣਾ ਜ਼ੁਲਮਾਂ ਤੋਂ ਡਰ ਕੇ, ਸਮੇਂ ਸਮੇਂ ਨਾਲ ਲਿਖੇ ਖੂਨੀ ਵਰ ਕੇ, ਸਿੱਖਿਆ ਨਾ ਰਹਿਣਾ ਜ਼ੁਲਮਾਂ ਤੋਂ ਡਰ ਕੇ, ਸਮੇਂ ਸਮੇਂ ਨਾਲ ਲਿਖੇ ਖੂਨੀ ਵਰ ਕੇ, ਸਮੇਂ ਸਮੇਂ ਨਾਲ ਲਿਖੇ ਖੂਨੀ ਵਰ ਕੇ। ਹੋ ਖਾਲਸੇ ਲਈ ਮੌਤ ਨਹੀਂ ਲਕੀਰ ਮਿਥ ਦੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ, ਖਾਲਸੇ ਲਈ ਮੌਤ ਨਹੀਂ ਲਕੀਰ ਮਿਥ ਦੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ। ਖਾਲਸੇ ਤੇ ਆਈ ਜਾਂ ਘੜੀ ਸੀ ਚੰਦਰੀ, ਖਾਲਸੇ ਤੇ ਆਈ ਜਾਂ ਘੜੀ ਸੀ ਚੰਦਰੀ। ਹੋ ਸਰਸਾ ਤੋਂ ਲੈ ਕੇ ਚਮਕੌਰ ਵਿੱਚ ਦੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ। ਹੋ ਕੱਟ ਦਿਆਂਗੇ ਕਿਸ ਸਿੱਖ ਨੂੰ ਵੰਗਾਰਿਆ, ਖਾਲਸੇ ਦੀ ਜੁੱਤੀ ਹੇਠਾਂ ਗਿਆਲ ਤਾੜਿਆ। ਹੋ ਤਾਰੂ ਸਿੰਘ ਦੀ ਜੀ ਤਸਵੀਰ ਵੇਖਦੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ। ਹੋ ਕਿੰਨੇ ਕਗਨੇ ਗਾ ਬਣ ਕੇ ਸਵਾਲੀਆ, ਦੇ ਗਿਣਤੀ ਨਹੀਂ ਹੋਣੀ ਤੈਤੋਂ ਕੋਲੋਂ ਵਾਲੀਆ, ਕਿੰਨੇ ਕ ਗਿਣੇ ਗਾ ਬਣ ਕੇ ਸਵਾਲੀਆ, ਗਿਣਤੀ ਨਹੀਂ ਹੋਣੀ ਤੈਥੋਂ ਕੋਲੋ ਵਾਲੀਆ, ਗਿਣਤੀ ਨਹੀਂ ਹੋਣੀ ਤੈਥੋਂ ਕੋਲੋ ਵਾਲੀਆ। ਹੋ ਕਲਮ ਹੈ ਬਣ ਕੇ ਫਕੀਰ ਲਿਖ ਦੀ, ਲਾਉਦੇ ਨਾਲ ਸਿੱਖੀ ਤਕਦੀਰ ਲਿਖਦੀ, ਕਲਮ ਹੈ ਬਣ ਕੇ ਫਕੀਰ ਲਿਖਦੀ, ਲਾਉਦੇ ਨਾਲ ਲਾਉਦੇ ਨਾਲ ਸਿੱਖੀ ਤੱਕ।
ਸਾਲਾਨਾ ਜੋੜ ਮੇਲੇ ਦੀ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਗੁਰਸਵਾਰੀ ਸਤ ਸੰਗਤ ਜੀ, ਬਹੁਤ ਹੀ ਵੱਡਾ ਭਾਗ ਹੈ ਜੋ ਹਰ ਸਾਲ ਦੀ ਤਰ੍ਹਾਂ ਕੌਮ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਦਿੱਤ ਮੱਲ ਜੀ ਸ਼ਹੀਦ, ਜਿਨ੍ਹਾਂ ਦੇ ਪਰਥਾਏ ਤੁਸੀਂ ਹਰ ਸਾਲ ਉਹਨਾਂ ਨੂੰ ਯਾਦ ਕਰਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਉਂਦੇ ਹੋ, ਜੋੜ ਮੇਲੇ ਕਰਾਉਂਦੇ ਹੋ, ਉਹਨਾਂ ਦੀ ਮਿੱਠੀ ਪਿਆਰੀ ਯਾਦ ਨੂੰ ਮਨਾਉਂਦਿਆਂ ਹੋਇਆਂ ਇਸ ਸਾਲ ਵੀ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹਾਂ। ਇਹ ਵੱਡੇ ਭਾਗਾਂ ਵਾਲੀ ਗੱਲ ਹੈ, ਕਿਉਂਕਿ ਜਿਹੜੀ ਕੌਮ ਆਪਣੇ ਪੁਰਖਿਆਂ ਨੂੰ ਯਾਦ ਰੱਖਦੀ ਆ ਉਹੀ ਕੌਮ ਇਤਿਹਾਸ ਵਿੱਚ ਜ਼ਿੰਦਾ ਰਹਿ ਸਕਦੀ। ਦੁਨੀਆਂ ਦੇ ਨਕਸ਼ੇ ਉੱਤੋਂ ਉਹ ਕੌਮਾਂ ਮਿਟ ਜਾਂਦੀਆਂ ਨੇ ਜਿਹੜੀਆਂ ਆਪਣੇ ਇਤਿਹਾਸ ਨੂੰ ਭੁਲਾ ਦਿੰਦੀ। ਸੋ ਆਓ ਅੱਜ ਜੋੜ ਮੇਲੇ ਦੇ ਵਿੱਚ ਆਰੰਭਤਾ ਕਰਨ ਦਾ ਸੁਭਾਗ ਸਾਨੂੰ ਪ੍ਰਾਪਤ ਹੋਇਆ ਦੀਵਾਨ ਦਾ। ਸੋ ਇਹਦੇ ਤੋਂ ਬਾਅਦ ਕੌਮ ਦੇ ਮਹਾਨ ਢਾਡੀ ਕਵੀਸ਼ਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਣੇ ਆ। ਇੱਕ ਘੰਟੇ ਦਾ ਸਮਾਂ ਪ੍ਰਬੰਧਕਾਂ ਨੇ ਅਨਾਊਂਸ ਕੀਤਾ ਹੈ, ਸਮੇਂ 'ਚ ਰਹਿ ਕੇ ਕੁਝ ਕਹਿਣ ਦਾ ਯਤਨ ਕਰਾਂਗੇ। ਸੋ ਆਰੰਭ ਵਿੱਚ ਆਓ ਸਾਰੀ ਸੰਗਤ ਸਾਡੀ ਅਤੇ ਆਪਣੀ ਹਾਜ਼ਰੀ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਰਵਾਓ। ਪਿਆਰ ਸਾਹਿਤ ਫਤਿਹ ਦੀ ਸਾਂਝ ਪਾਓ, ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਰੰਭ ਵਿੱਚ ਕੁਝ ਅਰਦਾਸੇ ਨੇ ਜੋ ਕਰ ਲੈਣੇ ਜ਼ਰੂਰੀ ਆ, ਕਿਉਂਕਿ ਆਪਾਂ ਅਰਦਾਸਾਂ ਬੇਨਤੀਆਂ ਕਰਕੇ ਸ਼ਰਧਾ ਭਾਵਨਾ ਦੇ ਨਾਲ ਜੋੜ ਮੇਲੇ ਮਨਾਉਂਦੇ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਸੁਖਵਿੰਦਰ ਸਿੰਘ ਜੀ ਸਰਪੰਚ, ਜਥੇਦਾਰ ਨਿਸ਼ਾਨ ਸਿੰਘ ਜੀ, ਉਹਨਾਂ ਵੱਲੋਂ ਇਸ ਵੇਲੇ ਦੀ ਹਾਜ਼ਰੀ ਭਰਦਿਆਂ ਜਥੇ ਦਾ ਬਹੁਤ ਸਾਰਾ ਮਾਣ ਕੀਤਾ ਗਿਆ ਹੈ। ਯੋਬਨਦੀਪ ਸਿੰਘ ਜੀ ਨੌਕਰੀ ਦੀ ਦਾਤ ਵਾਸਤੇ ਅਰਦਾਸ ਕਰਾਉਂਦੇ ਨੇ, ਮਹਾਰਾਜ ਚੜ੍ਹਦੀ ਕਲਾ ਕਰੇ, ਹਰਮਦਾ ਨੇ ਫਤਿਹ ਬਖਸ਼ੇ, ਅਰਦਾਸਾਂ ਬੇਨਤੀਆਂ ਪ੍ਰਵਾਨ ਕਰੇ। ਬਲਜੀਤ ਸਿੰਘ ਜੀ US ਵਿੱਚ ਪੱਕੇ ਹੋ ਜਾਣ ਇਹਦੇ ਵਾਸਤੇ ਅਰਦਾਸ ਕਰਾਉਂਦੇ ਆ, ਆਉਣ ਵਾਲੇ ਜੋੜ ਮੇਲੇ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣਗੇ। ਸੋ ਅੰਮ੍ਰਿਤਪਾਲ ਸਿੰਘ ਜੋ ਕੈਨੇਡਾ ਦੇ ਵਿੱਚ ਨੇ, ਡਾਕਟਰ ਹਰਜੀਤ ਸਿੰਘ ਜੀ ਉਹਨਾਂ ਦੇ ਨੇਕ ਸਪੁੱਤਰ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ ਜੀ। ਬਾਬਾ ਜਸਬੀਰ ਸਿੰਘ ਜੀ ਸੈਕਟਰੀ ਸਾਹਿਬਾਨ, ਉਹਨਾਂ ਵੱਲੋਂ ਬਹੁਤ ਸਾਰਾ ਮਾਨ ਆਇਆ, ਹੋਰ ਬਹੁਤ ਸੰਗਤਾਂ ਨੇ ਇਤਿਹਾਸ ਪਿੰਡ ਮਾਨ ਭੇਜਿਆ। ਆਓ ਜਿਤਨੀਆਂ ਅਰਦਾਸਾਂ ਆਈਆਂ ਨੇ, ਜੋ ਵੀ ਕਿਸੇ ਦੀ ਮਨ ਦੀ ਭਾਵਨਾ, ਸਾਰੇ ਮਿਲ ਕੇ ਅਰਦਾਸ ਕਰੀਏ। ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇੱਕ ਗੱਲ ਆਰੰਭ ਵਿੱਚ ਕਹਿਣਾ ਚਾਹਾਂਗਾ ਕਿ ਇਸ ਵਾਰੀ, ਪਿਛਲੀ ਵਾਰ ਦਾ ਪਤਾ ਨਹੀਂ, ਸ਼ੇਰੇ ਪੰਜਾਬ ਵਾਲੇ ਵੀਰ ਆਏ ਆ, ਸਾਊਂਡ ਜਿਹੜਾ ਹੈ ਦੀਵਾਨ ਦੇ ਹੱਕ ਦੇ ਵਿੱਚ ਵੀਰਾਂ ਦਾ ਬਹੁਤ ਵਧੀਆ। ਸੋ ਸੋਹਣਾ ਪ੍ਰਬੰਧ ਕੀਤਾ ਪ੍ਰਬੰਧਕਾਂ ਨੇ, ਕਿਉਂਕਿ ਬੁਲਾਰੇ ਨੂੰ ਵੀ ਉਦੋਂ ਹੀ ਮਜ਼ਾ ਆਉਂਦਾ ਜਦੋਂ ਸਾਊਂਡ ਚੰਗਾ ਹੋਵੇ, ਅਤੇ ਸੰਗਤ ਨੂੰ ਵੀ ਉਦੋਂ ਹੀ ਆਨੰਦ ਆਉਂਦਾ। ਸੋ ਬਾਕੀ ਦਾ ਪ੍ਰਬੰਧ ਵੀ ਵੇਖ ਰਹੇ ਹਾਂ, ਜਿੰਨੇ ਦਿਨਾਂ ਤੋਂ ਇਹ ਸਮਾਗਮ ਚੱਲ ਰਹੇ ਨੇ, ਪ੍ਰਬੰਧਕਾਂ ਨੇ ਮਿਲ ਕੇ ਬਹੁਤ ਸੋਹਣਾ ਪ੍ਰਬੰਧ ਸਾਰਾ ਕੀਤਾ ਹੈ। ਸੋ ਵਧਾਈ ਦੇ ਪਾਤਰ ਹੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ। ਇਸੇ ਤਰ੍ਹਾਂ ਸਤਿਗੁਰੂ ਦੀਆਂ ਖੁਸ਼ੀਆਂ ਲੈਂਦੇ ਰਹੀਏ, ਸ਼ਹੀਦ ਸਿੰਘਾਂ ਦੇ ਪਹਿਰੇ ਬਰਕਰਾਰ ਰਹਿਣ। ਸੱਚ ਜਾਣਿਓ, ਜਿਨ੍ਹਾਂ ਦੇ ਸਿਰਾਂ ਉੱਤੇ ਸ਼ਹੀਦ ਸਿੰਘਾਂ ਦੇ ਪਹਿਰੇ ਬਰਕਰਾਰ ਰਹਿੰਦੇ ਆ, ਪਖੰਡੀਆਂ ਦੀ ਗੱਲ ਨਹੀਂ ਕਰ ਰਿਹਾ, ਸ਼ਹੀਦੀ ਪਹਿਰੇ ਤੋਂ ਭਾਵ ਕੇ ਸ਼ਹੀਦਾਂ ਦਾ ਅੰਗ ਸੰਗ ਰਹਿਣਾ, ਜਿਨ੍ਹਾਂ ਦੇ ਸ਼ਹੀਦ ਅੰਗ ਸੰਗ ਨੇ, ਜਿਨ੍ਹਾਂ ਦੇ ਗੁਰੂ ਸਾਹਿਬ ਅੰਗ ਸੰਗ ਨੇ, ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਦਿੱਕਤ ਆ ਹੀ ਨਹੀਂ ਸਕਦੀ। ਸੋ ਤੁਹਾਡੇ ਉੱਤੇ ਕਿਰਪਾ ਹੈ ਇਸ ਨਗਰ ਦੀ ਸੰਗਤ ਦੇ ਉੱਤੇ,
ਕਿ ਤੁਸੀਂ ਜੋੜ ਮੇਲੇ ਮਨਾਉਂਦੇ ਹੋ, ਭਾਵੇਂ ਉਹ ਜੋੜ ਮੇਲਾ ਬਾਬਾ ਦਿੱਤਮਾਲ ਜੀ ਨਾਲ ਸੰਬੰਧਿਤ ਹੋਵੇ, ਭਾਵੇਂ ਤੀਸਰੇ ਘੱਲੂਘਾਰੇ ਦੇ ਸ਼ਹੀਦਾਂ ਦੇ ਨਾਲ ਸੰਬੰਧਿਤ ਜਨਰਲ ਸ਼ਬੇਕ ਸਿੰਘ ਜੀ 84 ਦੇ ਸਮੂਹ ਸ਼ਹੀਦ, ਭਾਈ ਸਾਹਿਬ ਭਾਈ ਮੇਜਰ ਸਿੰਘ ਜੀ, ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ, ਉਹਨਾਂ ਦੀ ਸ਼ਹਾਦਤ ਨੂੰ ਸੰਬੰਧਿਤ ਹੋਵੇ, ਤੁਸੀਂ ਸਾਰਾ ਨਗਰ ਇਕੱਤਰ ਹੋ ਕੇ ਰਲ ਮਿਲ ਕੇ ਜੋੜ ਮੇਲੇ ਮਨਾਉਂਦੇ ਹੋ। ਸੋ ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਆਹ ਸਮਾਂ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ, ਸ਼ਹੀਦਾਂ ਦੀ ਬੜੀ ਲੰਮੀ ਕਤਾਰ ਹੈ, ਜਿੱਥੇ ਸ਼ਹੀਦਾਂ ਦੀ ਬੜੀ ਲੰਮੀ ਕਤਾਰ ਹੈ ਉੱਥੇ ਕੌਮ ਦੇ ਵਿੱਚ ਕੌਮ ਦੀ ਬੇੜੀਆਂ 'ਚ ਵੱਟੇ ਪਾਉਣ ਵਾਲੇ ਗਦਾਰਾਂ ਦੀ ਵੀ ਬੜੀ ਲੰਮੀ ਕਤਾਰ ਹੈ। ਮੈਂ ਆਪ ਜੀ ਦੇ ਨਾਲ ਇਤਿਹਾਸ ਦਾ ਇੱਕ ਐਸਾ ਹੀ ਵਾਕਿਆ ਸਾਂਝਾ ਕਰਕੇ ਫਿਰ ਆਪ ਜੀ ਕੋ ਖਿਮਾ ਮੰਗ ਲੈਣੀ ਹੈ। ਸਮਾਂ 1846 ਦਾ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਜਿਨ੍ਹਾਂ ਦਾ ਨਾਮ ਲਿਆ ਹਰ ਸਿੱਖ ਦੇ ਰੌਂਗਟੇ ਖੜੇ ਹੋ ਜਾਂਦੇ ਆ, ਇੱਕ ਬੜਾ ਵਧੀਆ ਲਾ ਰਾਜ ਦਿੱਤਾ, ਹਰ ਇੱਕ ਦੇ ਨਾਲ ਇਨਸਾਫ ਹੋਇਆ, ਕਿਸੇ ਨਾਲ ਵੀ ਧੱਕਾ ਬੇਇਨਸਾਫੀ ਨਹੀਂ ਹੋਈ। ਐਸਾ ਰਾਜ ਜਿਹਦੇ ਰਾਜ ਦੇ ਵਿੱਚ ਕਦੇ ਕੋਈ ਭੁੱਖਾ ਨਹੀਂ ਸੀ ਸੋਇਆ ਕਰਦਾ, ਐਸਾ ਰਾਜ ਜਿਹਦੇ ਰਾਜ ਦੇ ਵਿੱਚ ਕੋਈ ਕੁੱਤੇ ਦੇ ਗਲ ਤੋਂ ਕੈਂਠਾ ਨਹੀਂ ਸੀ ਲਾ ਸਕਦਾ, ਐਸਾ ਰਾਜ ਜਿਹੜੇ ਰਾਜ ਦੇ ਵਿੱਚ ਜੇਲ੍ਹ ਕੋਈ ਨਹੀਂ ਸੀ। ਅੱਜ ਹਰ ਸ਼ਹਿਰ ਦੇ ਵਿੱਚ ਜੇਲ੍ਹ ਹੈ, ਜਿਹਨੂੰ ਸੁਧਾਰ ਘਰ ਕਿਹਾ ਜਾਂਦਾ। ਐਸਾ ਰਾਜ ਜਿਹਦੇ ਰਾਜ ਵਿੱਚ ਇੱਕ ਵੀ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਗਈ। ਐਸਾ ਰਾਜ ਜਿਹਦੇ ਰਾਜ ਦੇ ਜਰਨੈਲਾਂ ਦੀ ਗੱਲ ਕੀਤੀ ਜਾਵੇ ਤਾਂ ਸਰਦਾਰ ਹਰੀ ਸਿੰਘ ਜੀ ਨਲੂਆ, ਅਕਾਲੀ ਬਾਬਾ ਫੂਲਾ ਸਿੰਘ ਜੀ, ਇਸੇ ਤਰ੍ਹਾਂ ਸ਼ਾਮ ਸਿੰਘ ਜੀ ਅਟਾਰੀ, ਨਿਧਾਨ ਸਿੰਘ ਜੀ ਪੰਜ ਹੱਥਾਂ, ਜਰਨੈਲ ਜੋਰਾਵਰ ਸਿੰਘ, ਤਿੱਬਤ ਤੱਕ ਖਾਲਸਾ ਰਾਜ ਦੇ ਝੰਡੇ ਲਹਿਰਾਉਣ ਵਾਲੇ ਸੂਰਮੇ, ਇੱਕ ਇੱਕ ਯੋਧਾ ਏਡੀ ਏਡੀ ਵੱਡੀ ਤਾਕਤ ਰੱਖਦਾ ਸੀ ਕਿ ਜਿੱਥੇ ਉਹ ਆ ਕੇ ਖਲੋ ਜਾਂਦੇ ਸੀ ਮੈਦਾਨ ਆਪੇ ਹੀ ਫਤਿਹ ਹੋ ਜਾਇਆ ਕਰਦਾ ਸੀ। ਉਹਨਾਂ ਹੀ ਜਰਨੈਲਾਂ ਦੇ ਵਿੱਚੋਂ ਇੱਕ ਨਾਮ ਹੈ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲਾ। ਆਪਣੇ ਇਲਾਕੇ ਦੇ ਨੇੜਲੇ ਅਟਾਰੀ ਤੋਂ ਵਸਨੀਕ ਨੇ ਤੇ ਬੜੇ ਸਰਦੇ ਪੁੱਜਦੇ ਘਰਾਣੇ ਦੇ ਨਾਲ ਸੰਬੰਧ ਰੱਖਣ ਵਾਲੇ ਇਹਨਾਂ ਦੇ ਵੱਡੇ ਵਡੇਰੇ ਜੈਸਲਮੈਰ ਤੋਂ ਆਏ ਹੋਏ ਸਨ। ਸੋ ਇੱਥੇ ਆ ਕੇ ਇਹਨਾਂ ਨੇ ਇੱਕ ਕੌਂਕੇ ਪਿੰਡ ਵਸਾਇਆ ਪਹਿਲਾਂ ਪਿੱਛੇ ਜਗਰਾਉਂ ਦੇ ਨੇੜੇ, ਉਹਦੇ ਤੋਂ ਬਾਅਦ ਇੱਥੇ ਅਟਾਰੀ ਆ ਕੇ ਵਸ ਗਏ। ਉੱਚੇ ਉੱਚੇ ਮਹਿਲ ਉਸਾਰੇ ਜਿਨ੍ਹਾਂ ਵਿੱਚੋਂ ਅੱਜ ਵੀ ਇੱਕ ਮਹਿਲ ਮੌਜੂਦ ਹੈ ਜਿਹਦੇ ਕਰਕੇ ਇਸ ਸ਼ਹਿਰ ਦਾ ਨਾਮ ਅਟਾਰੀ ਪੈ ਗਿਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਚੁੱਕੇ ਨੇ, ਇੱਕ ਤੋਂ ਬਾਅਦ ਇੱਕ ਡੋਗਰਿਆਂ ਨੇ ਸਾਜ਼ਿਸ਼ਾਂ ਕਰ ਕਰਕੇ ਅੰਗਰੇਜ਼ਾਂ ਨਾਲ ਮਿਲ ਕੇ ਸ਼ੇਰੇ ਪੰਜਾਬ ਦੇ ਵਾਰਸਾਂ ਨੂੰ ਸਾਜ਼ਿਸ਼ਾਂ ਘੜ ਕਰਕੇ ਮਾਰਨਾ ਸ਼ੁਰੂ ਕਰ ਦਿੱਤਾ ਤੇ ਅਖੀਰ ਉਹ ਸਮਾਂ ਵੀ ਆ ਗਿਆ 1846 ਦਾ ਜਦੋਂ ਇਕੱਲੇ ਵਾਰਸ ਦਲੀਪ ਸਿੰਘ ਰਹਿ ਗਏ, ਬਾਕੀ ਦਾ ਤਕਰੀਬਨ ਉਹਨਾਂ ਨੇ ਸਫਾਇਆ ਕਰ ਦਿੱਤਾ। ਚਾਰ ਲੜਾਈਆਂ ਸਿੱਖ ਸਰਦਾਰਾਂ ਦੀਆਂ ਖਾਲਸਾ ਫੌਜ ਦੀਆਂ ਅੰਗਰੇਜ਼ਾਂ ਦੇ ਨਾਲ ਹੋ ਚੁੱਕੀਆਂ ਨੇ। ਮੁਦਕੀ ਤੇ ਫੇਰੂ ਵਾਲੀ ਜੰਗ ਜਿਹੜੀ ਹੈ ਉਹ ਬੁਰੀ ਤਰ੍ਹਾਂ ਹਾਰੀ ਜਾ ਚੁੱਕੀ ਹੈ। ਬੱਦੋਵਾਲ ਵਾਲੀ ਜੰਗ ਦੇ ਵਿੱਚ ਇੰਜ ਕਹਿ ਲਓ ਕਿ ਛੋਟੀ ਜਿਹੀ ਫਤਿਹ ਇੱਕ ਝੋਲੀ 'ਚ ਪੈਂਦੀ ਹੈ ਤੇ ਚੇਲਿਆਂ ਵਾਲੇ ਦੀ ਲੜਾਈ ਦੇ ਵਿੱਚ ਯੋਧਿਆਂ ਨੇ ਬੜੇ ਜ਼ੋਰ ਵਿਖਾਏ ਨੇ, ਪਰ ਸਿੱਟਾ ਨਤੀਜਾ ਕੀ ਨਿਕਲਿਆ ਕਿ ਹਰ ਥਾਂ ਦੇ ਉੱਤੇ ਜਿਹੜੇ ਜਰਨੈਲ ਸਨ ਫੌਜ ਦੇ ਉੱਤੇ ਬੈਠੇ ਹੋਏ ਉਹਨਾਂ ਦੀਆਂ ਗਦਾਰੀਆਂ ਦੇ ਕਾਰਨ ਨਮੋਸ਼ੀ ਤੋਂ ਵੱਧ ਹੋਰ ਕੁਝ ਵੀ ਪੱਲੇ ਨਾ ਪਿਆ। ਇਹਨਾਂ ਚਾਰ ਲੜਾਈਆਂ ਦੇ ਵਿੱਚ ਖਾਲਸਾ ਫੌਜ ਬੁਰੀ ਤਰ੍ਹਾਂ ਵੱਡੀ ਟੁੱਕੀ ਜਾ ਚੁੱਕੀ ਸੀ।
ਬਹੁਤ ਸਾਰੀਆਂ ਸ਼ਹਾਦਤਾਂ ਹੋ ਚੁੱਕੀਆਂ ਸਨ, ਜ਼ਖਮੀ ਬਹੁਤ ਸਾਰੇ ਹੋ ਚੁੱਕੇ ਸਨ ਤੇ ਇੱਕ ਆਖਰੀ ਮੈਦਾਨ ਮਗਨ ਲੱਗਾਇਆ, ਫਤਿਹਗੜ੍ਹ ਸਭਰਾ ਵਾਲਾ ਮੈਦਾਨ। ਇੱਧਰੋਂ ਇਹ ਮੈਦਾਨ ਦੀ ਭੂਮਿਕਾ ਵੱਜ ਰਹੀ ਹੈ, ਦੂਸਰੇ ਪਾਸਿਓਂ ਮਹਾਰਾਣੀ ਜਿੰਦਾਂ ਨੇ ਮਾਰਿਆ ਧਿਆਨ ਕਿ ਹੁਣ ਮੈਂ ਕਿਹਦੇ ਵੱਲ ਆਸ ਦੀ ਕਿਰਨ ਲੈ ਕੇ ਕਿਹਨੂੰ ਮੈਂ ਵੰਗਾਰਾਂ, ਕਿਹਨੂੰ ਮੈਂ ਆਖਾਂ ਕਿ ਸਿੱਖ ਰਾਜ ਦੀ ਡੁੱਬਦੀ ਹੋਈ ਬੇੜੀ ਨੂੰ ਤਾਰ ਦੇ। ਤਾਂ ਉਹਦੀਆਂ ਨਜ਼ਰਾਂ ਦੇ ਵਿੱਚ ਸ਼ੇਰੇ ਪੰਜਾਬ ਦੇ ਬਹੁਤ ਅਜੀਜ਼ ਰਿਸ਼ਤੇਦਾਰ ਵੀ ਨੇ, ਬਹੁਤ ਅਜੀਜ਼ ਸ਼ਾਮ ਸਿੰਘ ਅਟਾਰੀ ਵੱਲ ਧਿਆਨ ਗਿਆ ਤੇ ਸੋਚਿਆ ਕਿ ਕਿਉਂ ਨਾ ਮੈਂ ਉਹਨੂੰ ਚਿੱਠੀ ਲਿਖਾਂ। ਆਓ ਗੱਲ ਇੱਥੋਂ ਸ਼ੁਰੂ ਕਰਦੇ ਹਾਂ ਕਿ ਮਹਾਰਾਣੀ ਜਿੰਦਾਂ ਨੇ ਸ਼ਾਮ ਸਿੰਘ ਅਟਾਰੀ ਵੱਲ ਨੂੰ ਇੱਕ ਚਿੱਠੀ ਲਿਖੀ ਹੈ, ਉਹ ਚਿੱਠੀ ਦਾ ਮਜ਼ਮੂਨ ਕੀ ਹੈ? ਹਾਰੀਆਂ ਹੋਈਆਂ ਜੰਗਾਂ ਦਾ ਵੇਰਵਾ ਦੱਸਿਆ ਗਿਆ ਹੈ, ਡੋਗਰਿਆਂ ਦੀ ਬਦਨੀਤੀ ਦੱਸੀ ਗਈ ਹੈ ਤੇ ਸ਼ੇਰੇ ਪੰਜਾਬ ਦੀ ਪੱਗ ਦਾ ਵਾਸਤਾ ਉਸ ਚਿੱਠੀ ਵਿੱਚ ਪਾਇਆ ਗਿਆ ਹੈ। ਆਓ ਇੱਥੋਂ ਗੱਲ ਸ਼ੁਰੂ ਕਰਦੇ ਹਾਂ ਕਿ ਮਹਾਰਾਣੀ ਜਿੰਦ ਕੌਰ ਨੇ ਸ਼ਾਮ ਸਿੰਘ ਅਟਾਰੀ ਨੂੰ ਚਿੱਠੀ ਵਿੱਚ ਕੀ ਲਿਖਿਆ, ਪਿਛਲੀ ਯਥਾ ਇਵੇਂ ਬਿਆਨ ਕਰ। ਚਿੱਠੀ ਲਿਖਦੀ ਰਾਣੀ ਜਿੰਦਾ ਹੈ ਅਟਾਰੀ ਨੂੰ, ਜਿੱਤ ਵਖਾ ਸਰਦਾਰਾ ਬਾਜੀ ਜਾਂਦੀ ਹਾਰੀ ਨੂੰ, ਜਿੱਤ ਵਖਾ ਸਰਦਾਰਾ ਬਾਜੀ ਜਾਂਦੀ ਹਾਰੀ ਨੂੰ। ਲਿਖੀਆਂ ਜੋ ਨੇ ਗੱਲਾਂ ਮਨ ਦੇ ਵਿੱਚ ਵਸਾ ਲੈ ਤੂੰ, ਡੁੱਬਦੇ ਜਾਂਦੇ ਸਿੱਖ ਰਾਜ ਨੂੰ ਆਣ ਬਚਾ ਲੈ ਤੂੰ, ਡੁੱਬਦੇ ਜਾਂਦੇ ਸਿੱਖ ਰਾਜ ਨੂੰ ਆਣ ਬਚਾ ਲੈ ਤੂੰ। ਉਹ ਚਿੱਠੀ ਲਿਖਦੀ ਰਾਣੀ ਜਿੰਦਾ ਹੀਲਾ
ਦਿਲ ਗੁਜ਼ਾਰੀ ਨਾ ਕਰਕੇ ਹੀਲਾ ਤੁਰ ਪਈ ਕਿਧਰੇ ਢਿੱਲ ਗੁਜ਼ਾਰੀ ਨਾ ਚਿੱਠੀ ਕਰਕੇ ਪੂਰੀ ਤੋਰੀ ਹੈ ਮਹਾਰਾਣੀ ਨੇ ਗੁਰਸੇਵਕ ਸਿੰਘ ਦੱਸਦੇ ਵਰਤ ਨਾ ਕਿਵੇਂ ਕਹਾਣੀ ਨੇ ਗੁਰਸੇਵਕ ਸਿੰਘ ਦੱਸਦੇ ਵਰਤ ਨਾ ਕਿਵੇਂ ਕਹਾਣੀ ਨੇ ਕਰਨਬੀਰ ਸਿੰਘ ਜੀ ਕੈਨੇਡਾ ਵਾਲੇ ਉਹਨਾਂ ਦੇ ਨਾਮ ਤੋਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਬੇਅੰਤ ਮਾਇਆ ਹਾਜ਼ਰ ਹੋਈ ਹੈ। ਭਾਈ ਸੁਖਦੇਵ ਸਿੰਘ ਜੀ ਕਾਰ ਸੇਵਾ ਵਾਲੇ ਜੋ ਸ਼ਹੀਦ ਹੋਏ ਨੇ, ਸ਼ਹੀਦ ਭਾਈ ਸੁਖਦੇਵ ਸਿੰਘ ਜੀ ਕਾਰ ਸੇਵਾ ਵਾਲਿਆਂ ਦੇ ਨਾਮ ਤੋਂ ਵੀਰ ਜੀ ਕੇਵਲ ਸਿੰਘ ਜੀ 200 ਦੰਬੜਾ ਅਰਦਾਸ ਕਰਵਾ ਕੇ ਗਏ ਨੇ। ਮਹਾਰਾਜ ਚੜ੍ਹਦੀ ਕਲਾ ਕਰੇ ਹਰਮਦਾਨ ਨੇ ਫਤਿਹ ਬਖਸ਼ੇ। ਸਵਰਗਵਾਸੀ ਸੁੱਧ ਸਿੰਘ ਜੀ ਅਤੇ ਮਾਤਾ ਸੁਰਿੰਦਰ ਕੌਰ ਦੇ ਪਰਿਵਾਰ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ ਹੈ ਸਤਿਗੁਰੂ ਚੜ੍ਹਦੀ ਕਲਾ ਕਰਨ ਹਰਮਦਾਨ ਫਤਿਹ ਬਖਸ਼ਣ। ਜਸਕਰਨ ਸਿੰਘ ਜੀ, ਬਖਸ਼ੀਸ਼ ਸਿੰਘ ਜੀ ਬੇਅੰਤ ਮਾਇਆ ਅਰਦਾਸ ਕਰਾਉਂਦੇ ਨੇ ਸਤਿਗੁਰੂ ਪਾਤਸ਼ਾਹ ਚੜ੍ਹਦੀ ਕਲਾ ਕਰਨ ਹਰਮਦਾਨ ਫਤਿਹ ਬਖਸ਼ਣ। ਆਓ ਜਿਤਨੀਆਂ ਵੀ ਸੰਗਤਾਂ ਨੇ ਇਤਿਹਾਸ ਫਿਰ ਮਾਇਆ ਅਰਦਾਸ ਕਰਾਈ ਹੈ ਸਮੁੱਚੀ ਅਰਦਾਸ ਕਰੀਏ। ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਮਹਾਰਾਣੀ ਜਿੰਦਾ ਨੇ ਚਿੱਠੀ ਲਿਖੀ ਹੈ, ਉਹ ਚਿੱਠੀ ਪਹੁੰਚੀ ਹੈ ਸ਼ਾਮ ਸਿੰਘ ਅਟਾਰੀ ਦੇ ਕੋਲ। ਸ਼ਾਮ ਸਿੰਘ ਅਟਾਰੀ ਇਹਨਾਂ ਸਾਰੀਆਂ ਜੰਗਾਂ ਦੇ ਹਾਲ ਨੂੰ ਬੈਠਾ ਹੋਇਆ ਤੱਕ ਰਿਹਾ ਸੀ। ਉਹਨਾਂ ਦੇ ਬੈਠਣ ਦਾ ਕਾਰਨ ਕੀ ਸੀ, ਕਹਾਣੀ ਲੰਮੀ ਹੈ, ਉੱਧਰ ਨਾ ਜਾਈਏ ਕਿਉਂਕਿ ਸਮਾਂ ਸੀਮਿਤ ਹੈ। ਕੁਝ ਕਾਰਨ ਸਨ ਜਿਨ੍ਹਾਂ ਕਾਰਨਾਂ ਦੇ ਕਾਰਨ ਸ਼ਾਮ ਸਿੰਘ ਅਟਾਰੀ ਇਹਨਾਂ ਸਾਰੇ ਘਟਨਾਕ੍ਰਮ ਤੋਂ ਪਿੱਛੇ ਹੋ ਕੇ ਬੈਠੇ ਹੋਏ ਸਨ। ਨਾ ਉਹ ਇਹਨਾਂ ਚਾਰ ਜੰਗਾਂ ਦੇ ਵਿੱਚ ਅੱਗੇ ਹੋ ਕੇ ਲੜੇ,
ਤੇ ਇਤਨਾ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨਾਲ ਹੋ ਗਿਆ, ਉੱਥੇ ਵੀ ਉਹਨਾਂ ਦੀ ਕੋਈ ਖਾਸ ਭੂਮਿਕਾ ਜਿਹੜੀ ਹੈ ਉਹ ਨਹੀਂ ਦਿਸਦੀ। ਕਾਰਨ ਬਹੁਤ ਗਹਿਰੇ ਨੇ, ਕਿਤੇ ਫਿਰ ਸਮਾਂ ਹੋਇਆ ਤਾਂ ਆਪ ਸੰਗਤਾਂ ਨਾਲ ਸਾਂਝੇ ਕਰਾਂਗੇ। ਜਿਹੜੇ ਦਿਸਦੇ ਨੇ ਸਾਹਮਣੇ ਉਹ ਮੁੱਖ ਕਾਰਨ ਨਹੀਂ ਨੇ। ਸੋ ਸ਼ਾਮ ਸਿੰਘ ਅਟਾਰੀ ਨੂੰ ਇੱਕ ਸੁਨੇਹਾ ਮਿਲਣ ਦੀ ਦੇਰ ਸੀ, ਕਿਉਂਕਿ ਉਦੋਂ ਦੇ ਜਿਹੜੇ ਜਰਨੈਲ ਸਨ ਉਹਨਾਂ ਸਾਰਿਆਂ ਦੇ ਕੋਲ ਆਪਣੀ ਵੀ ਫੌਜ ਹੋਇਆ ਕਰਦੀ ਸੀ। ਅਕਾਲੀ ਬਾਬਾ ਫੂਲਾ ਸਿੰਘ ਦੇ ਕੋਲ ਆਪਣਾ ਤਕੜਾ ਜਥਾ ਸੀ, ਇਸੇ ਤਰ੍ਹਾਂ ਹਰੀ ਸਿੰਘ ਨਲੂਆ, ਨਿਧਾਨ ਸਿੰਘ ਪੰਜ ਹੱਥਾਂ, ਜਿਨ੍ਹਾਂ ਦਾ ਆਪਾਂ ਪਹਿਲਾਂ ਵੀ ਜ਼ਿਕਰ ਸਰਵਣ ਕੀਤਾ, ਜਰਨੈਲ ਜ਼ੋਰਾਵਰ ਸਿੰਘ ਵਰਗੇ ਜਰਨੈਲ, ਜਿਤਨੇ ਵੀ ਖਾਲਸਾ ਰਾਜ ਦੇ ਨਾਲ ਤੁਰਨ ਵਾਲੇ ਜਰਨੈਲ ਸਨ, ਇਹਨਾਂ ਦੀ ਆਪਣੀ ਫੌਜ, ਇਹਨਾਂ ਦੇ ਕੋਲ ਆਪਣਾ ਧਨ ਖਜ਼ਾਨਾ ਹੋਇਆ ਕਰਦਾ ਸੀ ਵੱਖਰਾ। ਇੱਥੋਂ ਤੱਕ ਵੀ ਮਿਲਦਾ ਕਿ ਅਕਾਲੀ ਬਾਬਾ ਫੂਲਾ ਸਿੰਘ ਜੀ ਜਦੋਂ ਕਿਤੇ ਸਰਕਾਰੇ ਖਾਲਸਾ ਦੇ ਵਿੱਚ ਯੋਗਦਾਨ ਪਾਉਣ ਦੀ ਲੋੜ ਆਈ ਨਾ ਮਾਇਆ ਪੱਖੋਂ ਵੀ, ਤਾਂ ਉਹਦੇ ਤੋਂ ਵੀ ਉਹਨਾਂ ਨੇ ਗੁਰੇਜ਼ ਨਹੀਂ ਕੀਤਾ, ਪਿੱਛੇ ਨਹੀਂ ਹਟੇ। ਇੰਨੇ ਸਾਡੇ ਜਥੇਦਾਰ ਸਮਰੱਥ ਹੁੰਦੇ ਸਨ ਉਸ ਸਮੇਂ। ਸੋ ਕਹਿਣ ਤੋਂ ਭਾਵ ਕਿ ਇੱਧਰੋਂ ਸ਼ਾਮ ਸਿੰਘ ਅਟਾਰੀ ਨੇ ਆਪਣੇ ਜਿਤਨੇ ਸਿਪਾਹੀ ਨੇ 94 ਆਪਣੇ ਇਲਾਕੇ ਦੇ ਜਰਨੈਲ ਜਿਹੜੇ ਆ ਉਹਨਾਂ ਨੂੰ ਸੁਨੇਹੇ ਭੇਜ ਕੇ ਆਪਣੇ ਕੋਲ ਬੁਲਾਉਣਾ ਸ਼ੁਰੂ ਕਰ ਦਿੱਤਾ। ਦੂਸਰੇ ਪਾਸੇ ਸਭਰਾਵਾਂ ਦਾ ਮੈਦਾਨ ਤੱਕੀਏ ਕਿ ਕਿਵੇਂ ਦਾ ਹੈ। 20,000 ਖਾਲਸਾ ਫੌਜ ਹੈ, 200 ਇਹਨਾਂ ਦੇ ਕੋਲ ਜੰਬੂਰਕਾ ਜਿਹੜੀ ਛੋਟੀ ਤੋਪ ਕਹਿ ਲਓ, 200 ਜੰਬੂਰਕਾ ਜਿਹੜਾ ਦਰਿਆ ਤੋਂ ਪਾਰ ਖੜ ਕੇ ਇਹਨਾਂ ਨੇ ਦੁਸ਼ਮਣ ਵੱਲ ਨੂੰ ਮੂੰਹ ਕਰਕੇ ਖਿਲਾਰਿਆ ਹੋਇਆ। 67 ਤੋਪਾਂ ਦਰਿਆ ਦੇ ਪਿਛਲੇ ਪਾਸੇ ਨੇ ਜਿਹੜੀਆਂ ਉਡੀਕ ਕਰ ਰਹੀਆਂ ਨੇ ਕਿ ਕਦੋਂ ਜੰਗ ਮਗੇ ਤੇ ਗੋਰੇ ਦੀਆਂ ਫੌਜਾਂ ਉੱਤੇ ਇਹਨਾਂ ਦੀ ਬੰਬਾਰਮੈਂਟ ਕੀਤੀ ਜਾਵੇ। 20,000 ਫੌਜ ਦੀ ਗਿਣਤੀ ਹੈ ਸ਼ਾਮ ਸਿੰਘ ਅਟਾਰੀ ਦੇ ਆਉਣ ਤੋਂ ਪਹਿਲਾਂ। ਤੇ ਦੂਸਰੇ ਇੱਕ ਇਹਨਾਂ ਨੇ ਕਿਲਾ ਬਣਾਇਆ ਹੈ ਫਤਿਹਗੜ੍ਹ ਸਭਰਾ ਵਿਖੇ, ਜਿਹਦਾ ਨਕਸ਼ਾ ਅੱਧੇ ਚੰਦ ਵਰਗਾ ਹੈ। ਜਿਵੇਂ ਮੰਨ ਲਓ ਕਿ ਅੱਗੇ ਨੂੰ ਵਧਿਆ ਹੋਵੇ ਜਿਹੜਾ ਉਹਦਾ ਵਿਚਕਾਰਲਾ ਹਿੱਸਾ, ਤੇ ਦੂਜੇ ਹਿੱਸੇ ਜਿਹੜੇ ਆ ਉਹ ਦਰਿਆ ਦੇ ਵੇਗ ਦੇ ਹਿਸਾਬ ਨਾਲ ਲਾਮ ਦੇ ਵਿੱਚ ਇਹ ਕਿਲਾ ਜ਼ਿਆਦਾ ਸੀ। ਸੋ ਅੱਧੇ ਚੰਦ ਵਰਗਾ, ਚੰਦਰਮਾ ਚੜ੍ਹੇ ਦਾ ਅੱਧਾ ਵੇਖ ਲਿਓ ਕਿੱਦਾਂ ਦਾ ਹੁੰਦਾ। ਸੋ ਐਸਾ ਇਹ ਕਿਲੇ ਦਾ ਨਕਸ਼ਾ, ਕੱਚਾ ਕਿਲਾ ਇਹਨੂੰ ਕਹਿੰਦੇ ਆ, ਉਹ ਇਹਨਾਂ ਨੇ ਮੌਕੇ 'ਤੇ ਤਿਆਰ ਕੀਤਾ। ਦੂਸਰੇ ਪਾਸੇ ਕਿਉਂਕਿ ਜਿਹੜਾ ਗੁਲਾਬ ਸਿੰਘ ਰਾਜਾ ਹੈ ਇਹਦੀ ਲਾਰਡ ਹਾਰਡਿੰਗ ਦੇ ਨਾਲ ਇੱਕ ਗੁਪਤ ਮੀਟਿੰਗ ਹੋ ਗਈ ਹੈ, ਜੋ ਗੋਰਿਆਂ ਦੀ ਫੌਜ ਦਾ, ਫਰੰਗੀ ਫੌਜ ਦਾ ਮੁਖੀ ਹੈ। ਉਹ ਗੁਪਤ ਮੀਟਿੰਗ ਕੀ ਹੈ ਕਿ ਲਾਹੌਰ ਦਾ ਰਾਜ ਤੈਨੂੰ ਦਿੱਤਾ ਪਰ ਖਾਲਸਾ ਫੌਜ ਨੂੰ ਨਿਹੱਥਿਆਂ ਕਰਦੇ ਹਥਿਆਰਾਂ ਤੋਂ ਰਹਿਤ ਕਰਦੇ। ਗੁਲਾਬ ਸਿੰਘ ਨੇ ਹੱਥ ਖੜੇ ਕਰ ਦਿੱਤੇ, ਕਹਿੰਦਾ ਕਿ ਮੈਂ ਖਾਲਸਾ ਫੌਜ ਤੋਂ ਇਸ ਤਰੀਕੇ ਨਾਲ ਹਥਿਆਰ ਨਹੀਂ ਲੈ ਸਕਦਾ, ਬਾਕੀ ਮੈਂ ਹਰ ਸੰਭਵ ਮਦਦ ਕਰਾਂਗਾ। ਕਹਿਣ ਤੋਂ ਭਾਵ ਕਿ ਗੁਲਾਬ ਸਿੰਘ ਜਿਹੜਾ ਉਸ ਵੇਲੇ ਦਾ ਖਾਲਸਾ ਫੌਜ ਦਾ ਮੁਖੀ ਹੈ ਤੇ ਲਾਹੌਰ ਦਰਬਾਰ ਦਾ ਰਾਜਾ ਕਹਿ ਲਓ, ਇਹ ਅੰਗਰੇਜ਼ਾਂ ਨਾਲ ਗੁਪਤ ਮੀਟਿੰਗਾਂ ਕਰਦਾ ਫਿਰਦਾ। 15,000 ਇਹਨਾਂ ਦੇ ਕੋਲ ਪੈਦਲ ਫੌਜ ਹੈ, 10,000 ਫੌਜ ਦਾ ਰਸਾਲਾ ਭਾਵ ਘੋੜ ਸਵਾਰ ਇਹਨਾਂ ਦੇ ਕੋਲ ਹੈ। ਡੋਗਰਿਆਂ ਨੇ ਜਾਣ ਬੁੱਝ ਕੇ ਇਸ ਮੁਹਿੰਮ ਨੂੰ ਇਸ ਤਰੀਕੇ ਨਾਲ ਲਮਕਾਇਆ ਕਿ ਓਨੀ ਦੇਰ ਨੂੰ ਤਾਜ਼ਾ ਜਾਂ ਦਮ ਫੌਜ ਗੋਰਿਆਂ ਦੀ ਹੋਰ ਆ ਜਾਵੇ ਤੇ ਇਹਨਾਂ ਦੇ ਕੋਲ ਤੋਪਾਂ ਆਦਿ ਆ ਜਾਣ। ਦਿੱਲੀ ਤੋਂ ਹਾਥੀਆਂ ਮਗਰ ਪਾ ਕੇ ਖਿੱਚੀਆਂ ਜਾਣ ਵਾਲੀਆਂ ਤੋਪਾਂ ਗੋਰਿਆਂ ਦੇ ਕੋਲ ਪਹੁੰਚ ਚੁੱਕੀਆਂ, ਜਿਨ੍ਹਾਂ ਦੇ ਕੋਲ ਭਾਰੀ, ਜਿਨ੍ਹਾਂ ਦੇ ਵਿੱਚ ਭਾਰੀ ਗੋਲੇ ਪੈ ਕੇ ਤਬਾਹੀ ਮਚਾਉਂਦੇ ਨੇ। 100 ਤੇ ਕੋਈ ਸ਼ਾਇਦ 20 ਦੇ ਲਗਭਗ ਇਹਨਾਂ ਤੋਪਾਂ ਦੀ ਗਿਣਤੀ ਹੈ। ਇੱਕ ਪਾਸੇ 67 ਤੋਪਾਂ
ਤੇ ਇੱਕ ਪਾਸੇ 120 ਤੋਪਾਂ ਉਹ ਵੀ ਬੜੇ ਬੜੇ ਵੱਡੇ ਬੰਬ ਦਾਗਣ ਵਾਲੀਆਂ। ਇਹਨਾਂ ਦੇ ਨਾਲ ਜਰਨੈਲ ਕਿਹੜੇ ਨੇ? ਹੈਰੀ ਸਮਿਥ ਦਿੱਲੀ ਤੋਂ ਆ ਚੁੱਕਾ ਹੈ, ਇਸੇ ਤਰ੍ਹਾਂ ਰੋਬਰਟ ਡਿਕ ਇਹ ਇੱਥੇ ਅਗਵਾਈ ਕਰ ਰਿਹਾ, ਇਹਦੇ ਮੋਰਚਾ ਜਿਹੜਾ ਹੈ ਖੱਬੇ ਪਾਸੇ ਆ। ਇਸੇ ਤਰ੍ਹਾਂ ਇੱਕ ਹੈਰੀ ਸਮਿਥ ਹੈ, ਉਹਦਾ ਮੋਰਚਾ ਸੱਜੇ ਪਾਸੇ ਹੈ, ਇੱਧਰੋਂ ਇਹ ਤਿਆਰੀ ਕਰ ਰਹੇ ਨੇ। ਤੇ ਦੂਸਰੇ ਪਾਸਿਓਂ ਡੋਗਰਿਆਂ ਨੇ ਇੱਕ ਹੋਰ ਗਦਾਰੀ ਕੀਤੀ, ਨੂਰਦੀਨ ਪਠਾਨ ਮੁਲਤਾਨ ਦੇ ਰਹਿਣ ਵਾਲਾ, ਉਹਦੇ ਹੱਥ ਲਾਲ ਸਿੰਘ ਤੇ ਤੇਜਾ ਸਿੰਘ ਨੇ ਨਕਸ਼ ਜਿਹੜੇ ਮੋਰਚੇ ਨੇ ਉਹਨਾਂ ਸਾਰਿਆਂ ਮੋਰਚਿਆਂ ਦਾ ਨਕਸ਼ਾ ਗੋਰਿਆਂ ਕੋਲ ਪਹੁੰਚਾ ਦਿੱਤਾ। ਤੇ ਨਾਲ ਹੀ ਇਹ ਦੱਸ ਦਿੱਤਾ ਕਿ ਖੱਬੀ ਬਾਈ ਜਿਹੜੀ ਹੈ ਦੱਖਣੀ ਬਾਈ, ਇਹ ਬਾਈ ਕਮਜ਼ੋਰ ਹੈ, ਜੇ ਤੁਸੀਂ ਇਸ ਪਾਸੇ ਨੂੰ ਹਮਲਾ ਕਰੋਗੇ ਤਾਂ ਫਤਿਹ ਤੁਹਾਡੇ ਕਦਮਾਂ 'ਚ ਹੋਵੇਗੀ, ਬਾਕੀ ਜਦੋਂ ਸਾਡੀ ਲੋੜ ਪਵੇਗੀ ਅਸੀਂ ਆਪਣਾ ਰੋਲ ਨਿਭਾ ਦੇਵਾਂਗੇ। ਇਹ ਨੇ ਉਸ ਵੇਲੇ ਦੇ ਖਾਲਸਾ ਫੌਜ ਦੇ ਜਰਨੈਲ। ਹੁਣ ਫੌਜ ਲੜਨਾ ਚਾਹੁੰਦੀ ਹੈ, ਫੌਜ ਨੇ ਪਹਿਲੀਆਂ ਲੜਾਈਆਂ 'ਚ ਵੀ ਬੜਾ ਕੁਝ ਕੀਤਾ, ਨਹੀਂ ਕੁਝ ਕੀਤਾ ਤਾਂ ਜਰਨੈਲਾਂ ਨੇ ਕੀਤਾ। ਇਹਨਾਂ ਨੇ ਹਰ ਥਾਂ ਦੇ ਉੱਤੇ ਧੋਖਾ ਦਿੱਤਾ। ਲਾਲ ਸਿੰਘ ਜਿਹੜਾ ਲਾਲੂ ਡੋਗਰਾ, ਇਹ ਫੌਜ ਦਾ ਸੈਨਾਪਤੀ ਹੈ, ਤੇਜਾ ਸਿੰਘ ਦੀ ਡਿਊਟੀ ਹੈ, ਜਿਹੜੀਆਂ ਬਰੂਦ ਵਾਲੀਆਂ ਬੇੜੀਆਂ ਦਾ ਪੁਲ ਬੱਧਾ ਹੋਇਆ ਸੀ ਅੱਗੇ ਲੰਘਣ ਵਾਸਤੇ, ਉਹਨਾਂ ਦੀ ਰਾਖੀ ਕਰਨ ਦਾ ਇਹਦਾ ਕੰਮ ਸੀ। ਇੱਧਰੋਂ ਇਹ ਸਾਰਾ ਸੀਨ ਬਣਿਆ ਹੋਇਆ ਹੈ। ਆਸ ਹੈ ਕਿ ਸਭਰਾਵਾਂ ਦੇ ਮੈਦਾਨ ਦੀ ਤਸਵੀਰ ਅੱਖਾਂ ਦੇ ਅੱਗੇ ਸਾਰੀ ਸਪਸ਼ਟ ਹੋ ਗਈ ਹੋਵੇਗੀ। ਗਦਾਰੀਆਂ ਸਿਖਰ ਤੇ ਨੇ, ਗੋਰੇ ਨੂੰ ਪਤਾ ਲੱਗ ਚੁੱਕਾ ਹੈ ਮਕਾਰੀ ਪੱਖੋਂ ਇਹ ਬਹੁਤ ਅੱਗੇ ਹੈ। ਮੈਂ ਇੱਕ ਇਹਨਾਂ ਦੀ ਸਟੋਰੀ ਵੇਖ ਰਿਹਾ ਸੀ, ਜਦੋਂ ਯਹੂਦੀਆਂ ਦਾ ਈਸਾਈਆਂ ਦੇ ਨਾਲ ਯੁੱਧ ਚੱਲ ਰਿਹਾ ਸੀ ਤੇ ਨਾਲ ਹੀ ਮੁਸਲਮਾਨਾਂ ਦੇ ਨਾਲ, ਤੇ ਯਰੂਸ਼ਲਮ ਨੂੰ ਹਾਸਲ ਕਰਨ ਵਾਸਤੇ ਇਹ ਲੋਕ, ਕਿਉਂਕਿ ਇਹ ਵੀ ਈਸਾਈ ਹਾਕਮ ਨੇ, ਇਹ ਲੋਕ ਇੰਨੇ ਘਟੀਆ ਦਰਜੇ ਤੱਕ ਗਿਰ ਜਾਂਦੇ ਆ, ਆਪਾਂ ਤਾਂ ਕਹਿੰਦੇ ਹਾਂ ਨਾ ਕਿ ਤਾਲੇਬਾਨੀ ਦੂਜੇ ਤੀਜੇ, ਇਹਨਾਂ ਦੀ ਉਹ ਸਟੋਰੀ ਵੇਖ ਕੇ ਈਸਾਈ ਜ਼ਿਆਦਾ ਨਿਰਦਈ ਨਜ਼ਰ ਆਉਂਦੇ ਆ, ਤੇ ਜਿਹੜੇ ਆ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਤਾਲਿਬਾਨੀ, ਇਹਨਾਂ 'ਤੇ ਤਰਸ ਆਉਂਦਾ। ਇੰਨੇ ਜ਼ਿਆਦਾ ਇਹ ਮੁਤਸਬੀ ਨੇ, ਇੰਨੇ ਜ਼ਿਆਦਾ ਇਹ ਕੱਟੜ ਨੇ, ਤੇ ਇੰਨਾ ਜ਼ਿਆਦਾ ਇਹਨਾਂ ਨੂੰ ਜਨੂਨ ਹੈ ਕਿ ਸਾਡਾ ਰਾਜ ਪੂਰੀ ਦੁਨੀਆ 'ਚ ਹੋਣਾ ਚਾਹੀਦਾ। ਅੱਜ ਵੀ ਜਿਹੜਾ ਪ੍ਰਚਾਰ ਚੱਲ ਰਿਹਾ ਨਾ ਈਸਾਈਅਤ ਦਾ, ਇਹਦੇ ਪਿੱਛੇ ਕਾਰਨ ਇਹੋ ਹੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਮੇਂ ਹੀ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਵਿੱਚ ਕਲਕੱਤੇ ਵਿਖੇ ਪੈਰ ਪਾ ਚੁੱਕੀ ਸੀ, ਤੇ ਸੋਚੋ ਤੁਸੀਂ ਖਾਲਸਾ ਰਾਜ ਵੀ ਲੰਘ ਗਿਆ, ਹਿੰਦੁਸਤਾਨ ਸਾਰਾ ਇਹਨਾਂ ਨੇ ਗੁਲਾਮ ਕਰ ਲਿਆ, ਪੰਜਾਬ ਨੂੰ ਗੁਲਾਮ ਕਰਦਿਆਂ ਇਹਨਾਂ ਨੂੰ 100 ਸਾਲ ਵਧੇਰੇ ਲੱਗਾ। ਸ਼ੇਰੇ ਪੰਜਾਬ ਨਾਲ ਸੰਧੀਆਂ ਕੀਤੀਆਂ, ਹੱਦਬੰਦੀਆਂ ਮਿਥ ਲਈਆਂ ਗਈਆਂ ਕਿ ਅਸੀਂ ਤੁਹਾਡੀ ਹੱਦ ਦੇ ਅੰਦਰ ਨਹੀਂ ਵੜਦੇ, ਤੁਸੀਂ ਸਾਡੀ ਹੱਦ ਦੇ ਅੰਦਰ ਨਾ ਵੜਿਓ, ਅਸੀਂ ਤੁਹਾਨੂੰ ਨਹੀਂ ਛੇੜਦੇ, ਤੁਸੀਂ ਸਾਨੂੰ ਨਾ ਛੇੜਿਓ। ਇਹ ਤੁਹਾਡੇ ਵੱਡਿਆਂ ਦਾ ਇਤਿਹਾਸ ਹੈ ਕਿ ਜਿਹੜੇ ਹਿੰਦੁਸਤਾਨ ਨੂੰ 100 ਸਾਲ ਪਹਿਲਾਂ ਗੋਰੇ ਗੁਲਾਮ ਬਣਾ ਲੈਂਦੇ ਨੇ, ਉਸੇ ਹਿੰਦੁਸਤਾਨ ਦੇ ਨਾਲ ਲੱਗਦਾ ਦੇਸ਼ ਪੰਜਾਬ ਉਹਨੂੰ 100 ਸਾਲ ਪਿੱਛੋਂ ਤੱਕ ਵੀ ਗੁਲਾਮ ਨਹੀਂ ਬਣਾ ਸਕੇ। ਸੋ ਕਹਿਣ ਤੋਂ ਭਾਵ ਕਿ ਸ਼ਾਮ ਸਿੰਘ ਅਟਾਰੀ ਚੱਲਣ ਲੱਗੇ ਨੇ, ਇਹਨਾਂ ਦੀ ਧਰਮ ਪਤਨੀ ਦੇਸਾਂ ਨੇ ਸਰਦਾਰ ਨੂੰ ਰੋਕ ਲਿਆ, ਰੋਕ ਕੇ ਕਹਿੰਦੀ ਹੈ ਸਰਦਾਰਾ, ਜਾ ਰਹੇ ਜੰਗ ਦੇ ਮੈਦਾਨ ਨੂੰ, ਮੇਰੇ ਵਾਸਤੇ ਕੀ ਹੁਕਮ ਹੈ? ਸਰਦਾਰ ਨੇ ਬੇਮਿਆਨੀ ਤਲਵਾਰ ਸਰਦਾਰਨੀ ਦੇ ਹੱਥ ਵਿੱਚ ਫੜਾਉਂਦਿਆਂ ਹੋਇਆਂ ਜੋ ਚੰਦ ਬੋਲ ਕਹੇ ਨੇ, ਸਵਾਲ ਜਵਾਬ ਨੇ ਬੜੇ ਭਾਵ ਪੂਰਵਕ ਨੇ,
ਪਿਆਰ ਦੇ ਨਾਲ ਸਰਵਣ ਕਰਨ ਦਾ ਯਤਨ ਕਰਿਓ ਕਿ ਸ਼ਾਮ ਸਿੰਘ ਅਟਾਰੀ ਦੇਸਾਂ ਦੇ ਨਾਲ ਜੰਗ ਵਿੱਚ ਚੜ੍ਹ ਲੱਗਿਆ ਕੀ ਚੰਦ ਬੋਲ ਸਾਂਝੇ ਕਰ ਰਹੇ ਨੇ, ਵੀ ਸ਼੍ਰੀ ਜਥਾ ਇਵੇਂ ਬਿਆਨ ਕਰ। ਦੇਸਾਂ ਰੋਕਿਆ ਅਟਾਰੀ ਨੂੰ, ਦੱਸੋ ਹੁਣ ਕਦੋਂ ਮੁੜੋਗੇ ਚੱਲੇ ਜੰਗ ਬੜੀ ਪਾਰੀ ਨੂੰ, ਦੱਸੋ ਹੁਣ ਕਦੋਂ ਮੁੜੋਗੇ ਜੰਗ ਬੜੀ ਪਾਰੀ ਨੂੰ, ਦੱਸੋ ਹੁਣ ਕਦੋਂ ਮੁੜੋਗੇ ਵਾਟਾਂ ਲੰਮੀਆਂ ਨੇ, ਮੁੜਨੇ ਦਾ ਪਤਾ ਕੋਈ ਨਾ ਦੇਵਾ, ਰਾਜ ਤਾਈ ਥੰਮੀਆਂ ਨੇ ਮੁੜਨੇ ਆਸਰੇ ਤੇ ਛੱਡਣਾ ਜੇ ਤੁਸਾਂ ਤੋਂ ਬਗੈਰ ਅਸਾਂ ਦਾ ਰਤਾ ਚੇਤੇ ਨਾ ਲੱਗਣਾ ਜੇ ਤੁਸਾਂ ਤੋਂ ਬਗੈਰ ਅਸਾਂ ਦਾ ਹੋਏ ਤਾਂ ਵਾਹਿਗੁਰੂ ਜਾਣੇ ਜੀ ਇਹ ਤਾਂ ਵਾਹਿਗੁਰੂ ਹੁਕਮ ਸੁਣਾ ਦਿਓ ਜੀ ਤੁਸਾਂ ਪਿੱਛੋਂ ਕੀ ਕਰਾਂਗੀ, ਮੈਨੂੰ ਗੱਲ ਸਮਝਾ ਦਿਓ ਜੀ ਤੁਸਾਂ ਪਿੱਛੋਂ ਕੀ ਕਰੂੰਗੀ ਰੱਖੀ ਸਭ ਕੇ ਮਿਆਨ ਤਾਈ ਦੇਖ ਲੈ ਜੰਗ ਦੇ ਮੈਦਾਨ ਦਾਈ ਤੇਗ ਲੈ ਕੇ ਅਸਾਂ ਜਾਣਾ ਹੈ ਹੋ ਚੰਗਾ ਦੇਰ ਨਾ ਲਾਓ ਜੀ ਫਰਜ ਬੁਲਾਵੇ ਤੁਸਾਨੂੰ ਹੁਣ ਛੇਤੀ ਫਿਰ
ਅਟਾਰੀ ਵਸਾਰ ਲਿਆ ਕਮਰ ਗਈ ਚੇਤੇ ਬਦਰੀ ਹੋ। ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਇਕਬਾਲ ਸਿੰਘ ਜੀ USA ਵਾਲੇ, ਉਹਨਾਂ ਦੇ ਨਾਮ ਤੋਂ ਦਲ ਦੀ ਚੜ੍ਹਦੀ ਕਲਾ ਵਾਸਤੇ ਵੀਰ ਜੀ ਉਹਨਾਂ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਤਰਸੇਮ ਸਿੰਘ ਜੀ ਪਿੰਡ ਕਲੋਵਾਲ ਅਰਦਾਸ ਕਰਾਉਂਦੇ ਨੇ। ਜੋਬਨ ਸਿੰਘ, ਹਰਪ੍ਰੀਤ ਸਿੰਘ ਪੰਗੂ ਵਿਦੇਸ਼ ਵਿੱਚ ਪੱਕੇ ਹੋ ਜਾਣ, ਆਉਂਦੇ ਜੋੜ ਮੇਲੇ 'ਤੇ ਅਖੰਡ ਪਾਠ ਸਾਹਿਬ ਦੀ ਸੇਵਾ ਉਹ ਕਰਵਾਉਣਗੇ। ਸੋ ਆਓ ਸਮੁੱਚੀ ਅਰਦਾਸ ਕਰੀਏ, ਕਿਉਂਕਿ ਅਰਦਾਸਾਂ ਪੂਰੀਆਂ ਕਰ ਸਕਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿਰਪਾ ਹੁੰਦੀ ਆ ਸ਼ਹੀਦ ਸਿੰਘਾਂ ਦੀ। ਸੋ ਆਓ ਸਾਰੀ ਸੰਗਤ ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਸ਼ਾਮ ਸਿੰਘ ਅਟਾਰੀ ਨੇ ਦੇਸਾਂ ਤੋਂ ਵਿਦਾਇਗੀ ਲਈ ਹੈ, ਕਿਉਂਕਿ ਜਦੋਂ ਕੌਮਾਂ ਦਾ ਪਿਆਰ ਮਨ ਵਿੱਚ ਜਾਗਦਾ ਨਾ ਤੇ ਘਰ ਕਾਰੋਬਾਰ ਬੱਚੇ ਇਹ ਸਭ ਕੁਝ ਪਿੱਛੇ ਰਹਿ ਜਾਂਦਾ, ਤੇ ਜਿਹਦਾ ਪਿੱਛੇ ਨਹੀਂ ਨਾ ਰਹਿੰਦਾ ਉਹ ਕੌਮ ਬਦਲੇ ਕੁਝ ਕਰ ਨਹੀਂ ਸਕਦਾ। ਅਜੋਕੀ ਗੱਲ ਹੈ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਕਸਰ ਆਪਣੇ ਪ੍ਰਚਾਰ 'ਚ ਕਿਹਾ ਕਰਦੇ ਸਨ ਕਿ ਸਿੱਖੋ ਜੇ ਕੌਮ ਦਾ ਘਰ ਬਣਾਉਣਾ, ਕੌਮ ਵਾਸਤੇ ਮਰ ਮਿਟਣ ਦੀ ਮਨ ਵਿੱਚ ਲਾਲਸਾ ਹੈ ਤਾਂ ਪੱਪੂ ਹੋਣਾ ਦਾ ਫਿਕਰ ਜਿਹੜਾ ਆ ਉਹ ਲਾਹ ਕੇ ਕੌਮ ਦੇ ਵਾਸਤੇ ਤੁਰੋ। ਜੇ ਮਨ ਵਿੱਚ ਇਹ ਫਿਕਰ ਹੈ ਕਿ ਪੱਪੂ ਹੋਣਾ ਦਾ ਕੀ ਬਣੇਗਾ ਤਾਂ ਫਿਰ ਕੌਮ ਬਦਲੇ ਕੁਰਬਾਨੀ ਨਹੀਂ ਹੋ ਸਕਦੀ। ਸੋ ਸ਼ਾਮ ਸਿੰਘ ਅਟਾਰੀ ਨੇ ਜਦੋਂ ਅਟਾਰੀ ਦੇ ਵਿੱਚੋਂ ਰਵਾਨਗੀ ਲਈ ਹੈ, ਇਹਨਾਂ ਦੇ ਨਾਲ ਇੱਕ ਜਥਾ ਤੁਰਿਆ, ਇਹ ਮਾਰਦੇ ਹੋਏ ਮੰਜ਼ਲਾਂ ਨੂੰ ਪਹੁੰਚ ਗਏ ਨੇ ਫਤਿਹਗੜ੍ਹ ਸਾਹਿਬ ਸਭਰਾ ਦੇ ਮੈਦਾਨ ਦੇ ਵਿੱਚ। ਮੈਦਾਨ ਦਾ ਨਕਸ਼ਾ ਆਪਾਂ ਪਹਿਲਾਂ ਵੀ ਸਰਵਣ ਕਰ ਲਿਆ ਕਿ ਕਿਵੇਂ ਦਾ ਉੱਤੇ ਮੈਦਾਨ ਗਹਿਗਾ ਚਮਗਿਆ ਹੋਇਆ। ਗੋਰਾ ਬੜੇ ਉਤਸ਼ਾਹ ਦੇ ਵਿੱਚ ਹੈ, ਉਹਨੂੰ ਪਤਾ ਹੈ ਕਿ ਮੇਰੇ ਕੋਲ ਨਕਸ਼ੇ ਸਾਰੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਮੈਂ ਨਿਸ਼ਾਨਦੇਹੀ ਕਰਕੇ ਬੰਬਾਰੀ ਕਰ ਸਕਦਾ, ਮੇਰੇ ਕੋਲ ਕਿਲੇ ਦੀ ਕਮਜ਼ੋਰ ਬਾਹੀ ਦਾ ਪੱਖ ਵੀ ਹੈ, ਤੇ ਸਭ ਤੋਂ ਵੱਡੀ ਗੱਲ ਕਿ ਸਿੱਖਾਂ ਦੇ ਲੀਡਰ, ਫੌਜ ਦੇ ਆਗੂ, ਸੈਨਾਪਤੀ ਤੱਕ, ਇੱਥੋਂ ਤੱਕ ਕਿ ਸਾਹਮਣੇ ਉਹ ਲੜਨ ਵਾਲੀ ਫੌਜ ਦਾ ਰਾਜਾ, ਇਹ ਵੀ ਗਦਾਰ ਹੈ ਤੇ ਸਾਡੇ ਹੱਕ ਦੇ ਵਿੱਚ, ਕਿਉਂਕਿ ਇਹ ਸਮਝੌਤੇ ਲਿਖਤੀ ਹੋ ਚੁੱਕੇ। ਕਹਿੰਦੇ ਨੇ ਜਦੋਂ ਮੁਦਕੀ ਵਾਲੀ ਜੰਗ ਹੋਈ ਨਾ, ਉਦੋਂ ਵੀ ਗੁਲਾਬ ਸਿੰਘ ਨੇ ਆਪਣਾ ਇੱਕ ਏਲਚੀ ਭੇਜਿਆ ਗੋਰਿਆਂ ਦੇ ਕੋਲ ਸਮਝੌਤਾ ਕਰਨ ਵਾਸਤੇ, ਉਹਨੂੰ ਉੱਥੋਂ ਬੇਇੱਜ਼ਤ ਕਰਕੇ ਗੋਰਿਆਂ ਵੱਲੋਂ ਕੱਢ ਦਿੱਤਾ ਗਿਆ। ਇਹ ਤਾਂ ਪਹਿਲਾਂ ਤਰਲੋ ਮਸੀ ਹੋਣ ਨੂੰ ਹੋਏ ਫਿਰਦੇ ਸੀ ਕਿ ਕਦੋਂ ਸਾਨੂੰ ਸਾਡੇ ਹਿੱਸੇ ਦੀ ਬੋਟੀ ਮਿਲੇ ਤੇ ਅਸੀਂ ਖਾਲਸਾ ਰਾਜ ਦੇ ਨਾਲ ਧਰੋ ਕਰ ਜਾਈਏ, ਕਿਉਂਕਿ ਜੇ ਤਾਂ ਸਿੱਖ ਹੁੰਦੇ ਫਿਰ ਐਸਾ ਨਾ ਕਰਦੇ, ਇਹ ਤਾਂ ਹੈ ਹੀ ਹਿੰਦੂ ਡੋਗਰੇ ਸਨ। ਧਿਆਨ ਚੰਦ, ਲਾਲ ਚੰਦ, ਇਸੇ ਤਰ੍ਹਾਂ ਗੁਲਾਬ ਚੰਦ ਵਰਗੇ ਇਹਨਾਂ ਦੇ ਪਹਿਲੇ ਨਾਮ ਨੇ। ਤੇ ਖਾਲਸਾ ਫੌਜ ਦੇ ਵਿੱਚ ਇੱਕ ਪਹਿਲੀ ਸ਼ਰਤ ਸੀ ਕਿ ਜਿਹਨੇ ਨੌਕਰੀ ਕਰਨੀ ਹੈ ਉਹਨੂੰ ਕੇਸ ਦਾੜਾ ਰੱਖਣਾ ਪੈਂਦਾ ਸੀ। ਤੁਸੀਂ ਜਰਨੈਲ ਵੈਂਤਰੂ ਵਰਗੇ ਦੀਆਂ ਫੋਟੋਆਂ ਵੇਖੀਆਂ ਹੋਣਗੀਆਂ, ਉਹਨਾਂ ਨੇ ਦਾੜਾ ਰੱਖਿਆ ਹੋਇਆ। ਹੋਰ ਵੀ ਜਿਹੜੇ, ਕਿਉਂਕਿ ਮੁਸਲਮਾਨ ਤੇ ਉੱਦਾਂ ਹੀ ਕਈ ਘੱਟ ਘਟਾਉਂਦੇ ਆ ਦਾੜੇ ਨੂੰ। ਸੋ ਇੱਕ ਪਹਿਲੀ ਸ਼ਰਤ ਇਹ ਸੀ, ਇਹਨਾਂ ਲੋਕਾਂ ਦਾ ਨਿਸ਼ਾਨਾ ਵੱਡਾ ਸੀ। ਤੇ ਜਿਉਂ ਆਪਾਂ ਸ਼ੁਰੂ ਹੁੰਦੇ ਧਿਆਨ ਸਿੰਘ ਡੋਗਰੇ ਤੋਂ, ਇਹ ਸਾਰੇ ਹੀ ਧਿਆਨ ਚੰਦ ਤੋਂ ਧਿਆਨ ਸਿੰਘ ਬਣ ਗਏ, ਨਾਮ ਬਦਲ ਲਏ
ਤੇ ਜਿਹੜਾ ਧਿਆਨ ਸਿੰਘ ਡੋਗਰਾ ਹੈ ਜਦੋਂ ਸ਼ੇਰੇ ਪੰਜਾਬ ਤਖ਼ਤ ਤੇ ਬੈਠਿਆ ਕਰਦੇ ਸਨ ਤਾਂ ਉਹਨਾਂ ਦਾ ਪੈਰ ਆਪਣੀ ਝੋਲੀ 'ਚ ਰੱਖ ਲੈਂਦਾ ਹੁੰਦਾ ਸੀ ਤੇ ਪਲੋਸੀ ਜਾਂਦਾ ਹੁੰਦਾ ਸੀ ਤੇ ਸ਼ੇਰੇ ਪੰਜਾਬ ਦਾ ਏਡਾ ਵੱਡਾ ਵਿਸ਼ਵਾਸ ਪਾਤਰ ਬਣ ਗਿਆ ਕਿ ਸ਼ੇਰੇ ਪੰਜਾਬ ਇਹਦੇ ਪੁੱਤਰ ਹੀਰਾ ਸਿੰਘ ਨੂੰ ਸਾਰਾ ਦਿਨ ਬੱਚੜੀ ਬੱਚੜੀ ਕਰਦੇ ਨਹੀਂ ਸਨ ਥੱਕਦੇ ਹੁੰਦੇ ਤੇ ਜਦੋਂ ਰਾਤ ਉਹ ਸੌਂਦਾ ਸੀ ਉਹਦੇ ਸਿਰਹਾਣੇ 500 ਰੁਪਈਆ ਧਰਦੇ ਸਨ ਕਿ ਸਵੇਰੇ ਉੱਠ ਕੇ ਇਹਦਾ ਹੱਥ ਲਵਾ ਕੇ ਤੇ ਦਾਨ ਕਰ ਦੇਣਾ ਉਹ ਗੱਲ ਵੱਖਰੀ ਹੈ ਕਿ ਇਹ ਡੋਗਰਾ ਉਹ ਪੈਸੇ ਵੀ ਆਪਣੇ ਕੋਲ ਰੱਖ ਲਿਆ ਕਰਦਾ ਸੀ ਕਿਉਂਕਿ ਉਸ ਸਮੇਂ 500 ਰੁਪਈਆ ਕੋਈ ਛੋਟੀ ਕੀਮਤ ਵਾਲਾ ਨਹੀਂ ਤੇ ਰੁਪਈਏ ਵੀ ਮੋਹਰਾਂ ਦੇ ਰੂਪ ਵਿੱਚ ਹੋਣ ਤੇ ਫਿਰ ਤੇ ਗੱਲ ਹੀ ਕੁਝ ਵੱਖਰੀ ਹੈ ਅੱਜ ਵਾਲੇ ਰੁਪਈਏ ਨਹੀਂ ਸਨ ਆ ਕਮਜ਼ੋਰ ਜੇ ਉਦੋਂ ਜਿਹੜੀ ਕਰੰਸੀ ਸੀ ਸ਼ੇਰੇ ਪੰਜਾਬ ਦੀ USA ਅੱਜ ਸਾਡੇ ਬੱਚੇ ਜਾ ਜਾ ਕੇ ਨੌਕਰੀਆਂ ਕਰ ਰਹੇ ਨੇ ਆਪਣੇ ਕਿਰਤ ਕਰ ਰਹੇ ਆ ਕਹਿੰਦੇ ਨੇ ਕਿ 160 ਰੁਪਈਏ ਦੇ ਕਰੀਬ $60 ਦੇ ਕਰੀਬ ਸ਼ੇਰੇ ਪੰਜਾਬ ਦੇ 1 ਰੁਪਈਏ ਦਾ ਮੁਕਾਬਲਾ ਜਿਹੜਾ ਸੀ ਉਹਨਾਂ ਦੇ $160 ਦੇ ਬਰਾਬਰ ਸੀ ਸੋਚੋ ਕਿੰਨਾ ਅਮੀਰ ਰਾਜ ਹੋਵੇਗਾ ਸ਼ੇਰੇ ਪੰਜਾਬ ਦਾ ਤੇ ਕਿੱਡੀਆਂ ਕਿੱਡੀਆਂ ਵੱਡੀਆਂ ਬਰਕਤਾਂ ਵਰਸਦੀਆਂ ਹੋਣਗੀਆਂ ਸੋ ਕਹਿਣ ਤੋਂ ਭਾਵ ਕਿ ਸ਼ਾਮ ਸਿੰਘ ਅਟਾਰੀ ਪਹੁੰਚ ਚੁੱਕੇ ਨੇ ਸਭਰਾਵਾਂ ਦੇ ਮੈਦਾਨ ਦੇ ਉੱਤੇ 7 ਤਰੀਕ ਨੂੰ ਗੋਰਿਆਂ ਦੀ ਦਿੱਲੀ ਵਾਲੀ ਮੱਤ ਆ ਚੁੱਕੀ ਹੈ 8 ਤਰੀਕ ਨੂੰ ਜਿਹੜਾ ਇਹ ਜੰਗ ਦਾ ਮੈਦਾਨ ਜਿਹੜਾ ਇਹਦੇ ਵਿੱਚ ਜਿਤਨੀਆਂ ਹੋਰ ਜਥੇ ਉੱਧਰੋਂ ਇੱਧਰੋਂ ਆਉਣੇ ਨੇ ਉਹ ਆਉਣੇ ਸ਼ੁਰੂ ਹੋ ਗਏ ਨੇ 9 ਤਰੀਕ ਹੋ ਗਈ ਹੈ ਫਰਵਰੀ ਦੀ ਸੰਨ 1846 ਹੈ 9 ਤਰੀਕ ਨੂੰ ਦੋਵਾਂ ਨੇ ਆਪਣੇ ਆਪਣੇ ਪੱਖ ਮਜ਼ਬੂਤ ਕਰ ਲਏ ਨੇ 10 ਤਰੀਕ ਵਾਲੇ ਦਿਨ ਸ਼ਾਮ ਸਿੰਘ ਅਟਾਰੀ ਕੈਂਪ ਵੀ ਜਾ ਕੇ ਜਿਵੇਂ ਆਪਣੇ ਯੋਧਿਆਂ ਨੂੰ ਤਕਰੀਰ ਕਰਦਾ ਜਸ਼ੀਲੀ ਕਿ ਆਪਾਂ ਪਿਛਲੀਆਂ ਜੰਗਾਂ ਬੇਸ਼ੱਕ ਜੋ ਮਰਜ਼ੀ ਹੋ ਗਿਆ ਉਹਨਾਂ ਦੇ ਨਤੀਜੇ ਵੱਲ ਨਾ ਜਾਈਏ ਹੁਣ ਆਪਣੇ ਰਾਜ ਵਾਸਤੇ ਆਪਣੀ ਕੌਮ ਵਾਸਤੇ ਆਪਾਂ ਮਰ ਮਿਟਣਾ ਹੈ ਆਓ ਸ਼ਾਮ ਸਿੰਘ ਅਟਾਰੀ ਦੀ ਜਸ਼ੀਲੀ ਤਕਰੀਰ ਕਵਿਤਾ ਦੇ ਰਾਹੀਂ ਸਰਵਣ ਕਰੀਏ ਇਵੇਂ ਬਿਆਨ ਕੀਤੀ ਵਿੱਚ ਕੈਂਪ ਜਾ ਬੋਲਿਆ ਸ਼ਾਮ ਸਿੰਘ ਅਟਾਰੀ ਉਠੋ ਜੋ ਦੇ ਸੂਰਿਓ ਜਾਇਣ ਖਿਵੰਗਾਰੀ ਹੋ ਉਠੋ ਜੋ ਦੇ ਸੂਰਿਓ ਜਾਇਣ ਖਿਵੰਗਾਰੀ ਸਾਡੀ ਤਰਤ ਪੰਜਾਬ ਹੈ ਨਾ ਗੱਲ ਵਸਾਰੋ ਉਠੋ ਭਾਜੀ ਮੋੜੀਏ ਸਿੰਘੋ ਸਰਦਾਰੋ ਉਠੋ ਭਾਜੀ ਮੋੜੀਏ ਸਿੰਘੋ ਸਰਦਾਰ ਆਪਣੇ ਧੋਖਾ ਕਰ ਗਏ ਤੇ ਕਰੀ ਗਦਾਰੀ ਹੋ ਆਪਣੇ ਧੋਖਾ ਕਰ ਗਏ ਤੇ ਕਰੀ ਗਦਾਰੀ ਸ਼ੇਰਾਂ ਵਾਂਗੂ ਗਰਜ ਕੇ ਗਿੱਦੜਾ ਨੂੰ ਪਛਾੜੋ ਉੱਠੋ ਭਾਜੀ ਮੋੜੀਏ ਸਿੰਘੋ ਸਰਦਾਰ ਸਰਦਾਰ ਸਾਡੇ ਕਿੰਨੇ ਸੂ
ਚਿੱਟੀ ਚਮੜੀ ਵਾਲਿਆਂ ਨੇ ਕਰ ਗੁਜ਼ਾਰੇ ਹੋ ਚਿੱਟੀ ਚਮੜੀ ਵਾਲਿਆਂ ਨੇ ਕਰ ਗੁਜ਼ਾਰੇ ਨਿੰਬੂ ਵਾਂਗ ਨਿਚੋੜ ਦੋ ਗੋਰਾ ਬਲਕਾਰੀ ਹੋ ਨਿੰਬੂ ਵਾਂਗ ਨਿਚੋੜ ਦੋ ਗੋਰਾ ਬਲਕਾਰੀ ਰਣ ਦੇ ਵਿੱਚ ਜੂਝ ਕੇ ਵੈਰੀ ਲਤਾੜੋ ਉੱਠੋ ਭਾਜੀ ਮੋੜੀਏ ਸਿੰਘੋ ਸਰਦਾਰੋ ਉੱਠੋ ਭਾਜੀ ਮੋੜੀਏ ਸਿੰਘੋ ਸਰਦਾਰੋ ਦੱਸੋ ਕਦ ਪੇਡਾਂ ਹੋ ਸ਼ੇਰਾਂ ਅੱਗੇ ਟਿਕਦੀਆਂ ਦੱਸੋ ਕਦ ਪੇਡਾਂ ਲਾਛਾਂ ਵੱਡ ਦਰਿਆ ਵਿੱਚ ਵਾਗ ਮੱਛੀਆਂ ਤਾਰੋ ਉੱਠੋ ਭਾਜੀ ਮੋੜੀਏ ਸਿੰਘੋ ਸਰਦਾਰੋ ਉੱਠੋ ਭਾਜੀ ਮੋੜੀਏ ਸਿੰਘੋ ਸਰਦਾਰੋ ਇੱਥੋਂ ਫੌਜ ਜੇ ਪਰਤ ਗਈ ਬਸ ਫੇਰ ਨਾ ਪਰਤੀ ਹੋ ਇੱਥੋਂ ਫੌਜ ਜੇ ਪਰਤ ਗਈ ਬਸ ਫੇਰ ਨਾ ਪਰਤੀ ਜਾਣ ਬੇਸ਼ੱਕ ਇਹ ਚਲੀ ਜਾਵੇ ਨਹੀਂ ਜਿਉਂਦੇ ਹਰਨਾ ਹੋ ਜਾਣ ਬੇਸ਼ੱਕ ਇਹ ਚਲੀ ਜਾਵੇ ਨਹੀਂ ਜਿਉਂਦੇ ਹਰਨਾ ਤੁਸੀਂ ਵੀ ਆਪਣੇ ਗੁਰੂ ਦੇ ਨਾ ਬੋਲ ਵਿਸਾਰੋ ਉੱਠੋ ਭਾਜੀ ਮੋੜੀਏ ਸਿੰਘੋ ਸਰਦਾਰੋ ਉੱਠੋ ਭਾਜੀ ਮੋੜੀਏ ਸਿੰਘੋ ਸਰਦਾਰੋ ਸ਼ਾਮ ਸਿੰਘ ਅਟਾਰੀ ਦੀ ਤਕਰੀਰ ਨੂੰ ਸੁਣਿਆ ਪੱਧਰੀ ਸਿੱਖ ਸਰਦਾਰਾਂ ਨੇ ਹੈ ਮੌਤ ਨੂੰ ਚੁਣਿਆ ਹੋ ਪੱਧਰੀ ਸਿੱਖ ਸਰਦਾਰਾਂ ਨੇ ਹੈ ਮੌਤ ਨੂੰ ਚੁਣਿਆ ਜੰਗ ਹੋਊਆਰ ਮਾਰਦੀ ਮਰ ਜਾਓ ਮਿੰਟ ਰਹਿ ਗਏ ਨੇ 10 ਤੇ 2 ਕਵਿਤਾ ਲਾਉਣੀਆਂ ਨਾ 10 ਮਿੰਟਾਂ 'ਚ ਪ੍ਰਚਾਰ ਨਹੀਂ ਕਰਨਾ ਕਿਉਂਕਿ ਪ੍ਰਚਾਰ ਉਹਨਾਂ ਦੋਵਾਂ ਕਵਿਤਾ ਦੇ ਵਿੱਚ ਹੀ ਹੈ।
ਸਮਾਂ ਬਹੁਤ ਸੀਮਿਤ ਹੈ। ਅੰਮ੍ਰਿਤਪਾਲ ਸਿੰਘ ਭੰਗੂ ਤਿੰਨਾਂ ਭਰਾਵਾਂ ਦੇ ਨਾਮ ਤੋਂ ਸਿਮਰਤਪਾਲ ਸਿੰਘ ਭੰਗੂ ਤੇ ਇੰਦਰਪਾਲ ਸਿੰਘ ਭੰਗੂ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਭੈਣ ਜੀ ਅਰਦਾਸ ਕਰਵਾ ਕੇ ਗਏ ਨੇ। ਗੁਰਮਨ ਸਿੰਘ ਭੰਗੂ USA ਵਿੱਚ ਨੇ, ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਵੀਰ ਜੀ ਅਰਦਾਸ ਕਰਵਾ ਕੇ ਗਏ ਨੇ। ਕੁਝ ਅਰਦਾਸੇ ਹੋਰ ਨੇ, ਸਮਾਪਤੀ ਤੇ ਬੋਲਣ ਦਾ ਯਤਨ ਕਰਾਂਗੇ। 10 ਫਰਵਰੀ ਦਾ ਦਿਨ ਹੈ, ਸ਼ਾਮ ਸਿੰਘ ਅਟਾਰੀ ਨੇ ਆਪਣੇ ਯੋਧਿਆਂ ਨੂੰ ਵਿਗਾੜ ਦਿੱਤਾ ਹੈ। ਉਧਰੋਂ ਲਾਰਡ ਹਾਰਡਿੰਗ ਨੇ ਆਪਣੇ ਯੋਧੇ ਵਿਗਾੜ ਲਏ ਨੇ, ਹੈਰੀ ਸਮਿਥ, ਗਿਲਬਰਟ, ਇਸੇ ਤਰ੍ਹਾਂ ਇਹਦੇ ਨਾਲ 2 ਜਰਨੈਲ ਹੋਰ ਨੇ, ਉਹਨਾਂ ਨੂੰ ਵਿਗਾੜ ਲਿਆ। ਕਹਿੰਦਾ ਕਿ ਅੱਜ ਆਰ ਤੇ ਪਾਰ ਦੀ ਲੜਾਈ ਹੋਵੇਗੀ, ਮੈਦਾਨ ਸਾਡੇ ਹੱਥ ਦੇ ਵਿੱਚ ਹੈ ਕਿਉਂਕਿ ਜਾਣਕਾਰੀ ਸਾਡੇ ਕੋਲ ਹੈ ਸਾਰੀ। ਆਓ ਕਿਵੇਂ ਕਿਵੇਂ ਕਿੱਧਰੋਂ ਕਿੱਧਰੋਂ ਹਮਲਾ ਹੋ ਰਿਹਾ ਹੈ, ਕਿਵੇਂ ਰਾਬਰਟ ਡਿਕ ਜ਼ਖਮੀ ਹੋ ਕੇ ਪਿੱਛੇ ਨੂੰ ਮੁੜਦਾ ਹੈ, ਮਾਖੇ ਖਾਂ ਤੇ ਮੇਵਾ ਸਿੰਘ ਦੀਆਂ ਤੋਪਾਂ ਨੇ ਕਿਵੇਂ ਬੰਬ ਭਰਾਏ ਨੇ। ਪਰ ਅਫਸੋਸ, ਜਾਂ ਤਾਂ ਬੰਬ ਤੋਪ ਦਾ ਜ਼ਿਆਦਾ ਮੂੰਹ ਤਾਂ ਕਰਕੇ ਚਲਾਏ ਗਏ ਗੋਰਿਆਂ ਦੀ ਫੌਜ ਦੇ ਉੱਪਰ ਦੀ ਨੰਗ ਹੈ, ਜਾਂ ਫਿਰ ਥੱਲੇ ਨੂੰ ਕਰਕੇ ਚਲਾ ਦਿੱਤੇ ਗਏ ਗੋਲੇ ਦਰਿਆ ਦੇ ਵਿੱਚ ਹੀ ਰਹਿ ਗਏ। ਬਹੁਤ ਘੱਟ ਗੋਲੇ ਇਹਨਾਂ ਦੀਆਂ ਤੋਪਾਂ ਦੇ ਜਿਹੜੇ ਨੇ ਉਹ ਗੋਰਿਆਂ ਦੀ ਫੌਜ ਉੱਤੇ ਵੱਜੇ। ਇਹ ਵੀ ਗਦਾਰੀ ਦਾ ਬਹੁਤ ਵੱਡਾ ਪੱਖ ਹੈ। ਆਓ ਕਿਵੇਂ ਮੈਦਾਨ ਮਗਿਆ, ਬਾਕੀ ਦੀਆਂ ਕੁਝ ਗੱਲਾਂ ਜਿਹੜੀਆਂ ਦੂਸਰੇ ਛੰਦ ਤੋਂ ਪਹਿਲਾਂ ਕਰਾਂਗੇ। ਜੰਗ ਦਾ ਸੀਨ ਦੋਤਾਰਾ ਛੰਦ ਦੇ ਰਹੀ ਸਰਵਣ ਕਰਨ ਦਾ ਯਤਨ ਕਰੀਏ। ਇੱਕ ਵੀ ਸ਼੍ਰੀ ਯਥਾ ਇਵੇਂ ਬਣ ਗਿਆ। ਦਿਨ 10 ਫਰਵਰੀ ਦਾ ਸਨ ਸੀ 1846, ਫੌਜਾਂ ਦੋ ਪਾਸਿਆਂ ਤੋਂ ਇਕੱਠੀਆਂ ਹੋਈਆਂ ਕਾਲੀ ਕਾਲੀ। ਜਿਉਂਦਾ ਛੱਡਣਾ ਹੈ ਆਇਆ ਜੋ ਪਰੰਗੀ ਚੜ ਕੇ, ਜੰਗ ਵਿੱਚ ਸਭ ਰਾਵਾਂ ਦੇ ਤੋਪਾਂ ਗੜਕਣ ਗੋਲੀ ਕੜ ਕੇ। ਦਿਨ 10 ਫਰਵਰੀ ਦਾ ਸਨ ਸੀ 1846, ਫੌਜਾਂ ਦੋ ਹੋਈਆਂ ਕਾਲੀ ਕਾਲੀ। ਜਿਉਂਦਾ ਛੱਡਣਾ ਹੈ ਆਇਆ ਜੋ ਫਰੰਗੀ ਚੜ ਕੇ, ਜੰਗ ਵਿੱਚ ਸਭ ਰਾਵਾਂ ਦੇ ਤੋਪਾਂ ਗੜਕਣ ਗੋਲੀ ਕੜ ਕੇ। ਗੋਰੇ ਨੇ ਦਾਗਿਆ ਹੈ ਪਹਿਲਾ ਆ ਤੋਪ ਦਾ ਗੋਲਾ, ਜਿਸ ਦੇ ਸੁਣ ਖੜਕੇ ਨੂੰ ਜਾਪੇ ਕੰਨ ਹੋ ਗਿਆ ਬੋਲਾ। ਗਈਆਂ ਹਿੱਲ ਬਾਰੀਆਂ ਸੀ ਬੂਹੇ ਵਿੱਚ ਘਰਾਂ ਦੇ ਖੜਕੇ, ਜੰਗ ਵਿੱਚ ਸਭ ਰਾਵਾਂ ਦੇ ਤੋਪਾਂ ਗੜਕਣ ਗੋਲੀ ਕੜਕੇ। ਤੁਰ ਸਜੇ ਮੋਰਚੇ ਤੋਂ ਵਧਿਆ ਡਿੱਗ ਜੋ ਤੁਰਿਆ ਆਵੇ, ਗੋਰੇ ਦੀ ਹਿੱਕ ਵਿੱਚੋਂ ਗੋਲੀ ਚੀਰ ਸਿੰਘਾਂ ਦੀ ਪਾਵੇ। ਜੋ ਵਿੱਚ ਕੜਾਏ ਦੇ ਲੱਗੇ ਨੇ ਲਾਚਾਂ ਨੂੰ ਤੜਕੇ, ਜੰਗ ਵਿੱਚ ਸਭ ਰਾਵਾਂ ਦੇ ਤੋਪਾਂ ਗੜਕਣ ਗੋਲੀ ਕੜਕੇ। ਮੁੜੇ ਆਇਓ ਪਿੱਛੇ ਨੂੰ ਖਾ ਕੇ ਅੱਗੋਂ ਮਾਰ ਕਰਾਰੀ। ਪੂਰਾ ਹੀ ਬਾਹਰ ਆਇਆ ਜੋ ਪਿਆ ਦਿਲ ਛਾਤੀ ਵਿੱਚ ਧੜਕੇ, ਜੰਗ ਵਿੱਚ ਸਭ ਰਾਵਾਂ ਦੇ ਤੋਪਾਂ ਗੜਕਣ ਗੋਲੀ ਕੜਕੇ। ਹੈਰੀ ਸਮਿਥ ਖੜਾ ਸੋਚੇ ਮੈਂ ਵੀ ਅੱਗੇ ਜਾਣਾ, ਉਹਦੀ ਵੀ ਜ਼ਿੰਦਗੀ ਦਾ ਮਾਖੇ ਖਾਣੇ ਭੁੰਨਤਾ ਦਾਣਾ। ਇਸ ਦਲੇਰੀ ਨੂੰ
ਹੱਲੇ ਫੇਲ ਹੋਏ ਧਾਗੇ ਕਈ ਤੋਪਾਂ ਦੇ ਤੋੜੇ ਸਿੰਘਾਂ ਨੇ ਗੋਰਿਆਂ ਦੇ ਵਾਂਗਰ ਨਿੰਬੂਆਂ ਲਹੂ ਨਚੋੜੇ ਕਈਆਂ ਨੂੰ ਚੀਰ ਦਿੱਤਾ ਸਿੰਘਾਂ ਲੱਤ ਲੱਤ ਤੇ ਧਰ ਕੇ ਜੰਗ ਵਿੱਚ ਸਬਰ ਜਿਸ ਵੇਲੇ ਤੋਪਾਂ ਚੱਲੀਆਂ ਤਾਂ ਲਾਲ ਸਿੰਘ ਜਿਹੜਾ ਸੀ ਜਿਹੜਾ ਫੌਜ ਦਾ ਸੈਨਾਪਤੀ ਸੀ ਇਹ ਸਭ ਤੋਂ ਪਹਿਲਾਂ ਆਪਣੀ ਫੌਜ ਲੈ ਕੇ ਮੈਦਾਨ ਦੇ ਵਿੱਚੋਂ ਭੱਜ ਗਿਆ। ਜਿਹਨੂੰ ਤੇਜਾ ਸਿੰਘ ਕਿਹਾ ਜਾਂਦਾ ਹੈ ਤੇਜੂ, ਇਹਦਾ ਕੰਮ ਸੀ ਬੇੜੀਆਂ ਦੇ ਪੁੱਲ ਦੀ ਰਾਖੀ ਕਰਨੀ ਤੇ ਉਹਨਾਂ ਬੇੜੀਆਂ ਵਿੱਚ ਬਰੂਦ ਵੀ ਸੀ। ਇਹਨੇ 6000 ਫੌਜ ਆਪਣੇ ਨਾਲ ਲਈ ਹੈ ਤੇ ਮੈਦਾਨ ਦੇ ਵਿੱਚੋਂ ਭੱਜ ਨਿਕਲਿਆ। ਦੋਵੇਂ ਭੱਜ ਗਏ ਨੇ। ਸੋ ਇਹਦੇ ਤੋਂ ਇਲਾਵਾ ਕੀ ਹੋਇਆ, ਇਹਨਾਂ ਜਾਂਦੇ ਜਾਂਦੇ ਬੇੜੀਆਂ ਦਾ ਪੁੱਲ ਵੀ ਤੋੜ ਦਿੱਤਾ। ਅਸੀਂ ਪਿੱਛੇ ਜੇ ਯੂਪੀ ਗਏ ਸੀ, ਬੇੜੀਆਂ ਦਾ ਪੁੱਲ ਕੀ ਹੁੰਦਾ, ਉੱਥੇ ਉਹ ਇੱਕ ਪੁੱਲ ਵੇਖ ਕੇ ਸ਼ਾਰਦਾ ਨਦੀ ਦੇ ਉੱਤੇ ਪਤਾ ਲੱਗਾ ਕਿ ਉੱਪਰ ਤੈਰਦਾ ਹੋਇਆ ਪੁੱਲ ਹੁੰਦਾ, ਵੱਡੇ ਵੱਡੇ ਢੋਲ ਡਰੰਮ ਸਨ ਉੱਥੇ, ਉੱਪਰ ਉਹਨਾਂ ਦੇ ਫੱਟੇ ਲਾਏ ਹੋਏ ਸਨ ਤੇ ਉਹਨਾਂ ਫੱਟਿਆਂ ਦੇ ਉੱਤੋਂ ਜਦੋਂ ਚੀਜ਼ ਲੰਘਦੀ ਸੀ ਤੇ ਡੋਲਦੀ ਸੀ ਪੂਰੀ। ਇਸ ਤਰੀਕੇ ਦਾ ਪੁੱਲ ਇੱਥੇ ਵੱਧਾ ਹੋਇਆ ਸੀ ਫੌਜਾਂ ਦੇ ਅੱਗੇ ਜਾਣ ਵਾਸਤੇ, ਲੋੜ ਪੈਣ ਤੇ ਪਿੱਛੇ ਆਉਣ ਵਾਸਤੇ, ਅਸਲਾ ਬਰੂਦ ਜਿਹੜਾ ਹੈ ਇਹ ਅੱਗੇ ਲੰਘਾਉਣ ਵਾਸਤੇ ਇਸ ਪੁੱਲ ਦੀ ਵਰਤੋਂ ਕੀਤੀ ਜਾ ਰਹੀ ਸੀ। ਇਹ ਦੋਵੇਂ ਗਦਾਰ ਭੱਜ ਗਏ ਨੇ, ਇਹਨਾਂ ਨੇ ਰਣ ਤੱਤੇ ਵਿੱਚ ਪਿੱਠ ਵਿਖਾ ਦਿੱਤੀ ਹੈ। ਉਧਰੋਂ ਜਦੋਂ ਜਨਰਲ ਡਿਕ ਅੱਗੇ ਵਧਿਆ, ਹੈਰੀ ਸਮਿਥ ਅੱਗੇ ਵਧਿਆ, ਗਿਲਬਰਟ ਅੱਗੇ ਵਧਿਆ, ਇਹ ਜਰਨੈਲ ਅੱਗੇ ਵਧਦੇ ਜਾ ਰਹੇ ਨੇ, ਸਿੰਘਾਂ ਨੇ ਐਸੀਆਂ ਆਪਣੀਆਂ ਰਫਲਾਂ ਦੇ ਮੂੰਹ ਖੋਲੇ, ਤੋਪਾਂ ਦੇ ਗੋਲਿਆਂ ਨੇ ਐਸੀ ਹਲਚਲ ਮਚਾਈ ਕਿ ਇਹ ਜ਼ਖਮੀ ਹੋ ਕੇ ਪਿੱਛੇ ਹਟਣ ਵਾਸਤੇ ਮਜਬੂਰ ਹੋ ਗਏ। ਇੱਕ ਵਾਰ ਜਿਹੜੀਆਂ ਤੋਪਾਂ ਨੇ ਉਹ ਖਮੋਸ਼ ਹੋ ਗਈਆਂ, ਥੋੜੀ ਦੇਰ ਲੰਘੀ ਹੈ, ਗੋਰੇ ਦੀਆਂ ਤੋਪਾਂ ਤਾਂ ਚੱਲਣੀਆਂ ਸ਼ੁਰੂ ਹੋ ਗਈਆਂ ਦੁਬਾਰਾ, ਪਰ ਇਸ ਵਾਰ ਖਾਲਸੇ ਦੀਆਂ ਤੋਪਾਂ ਨਹੀਂ ਚੱਲੀਆਂ। ਸ਼ਾਮ ਸਿੰਘ ਅਟਾਰੀ ਨੇ ਪਤਾ ਕਰਵਾਇਆ ਕਿਉਂ ਨਹੀਂ ਚੱਲ ਰਹੀਆਂ, ਜੰਬੂਰ ਕੇ ਕਿਉਂ ਬੰਦ ਹੋ ਗਏ ਨੇ। ਜਿਹੜੇ ਤੋਪਚੀ ਸਨ ਉਹਨਾਂ ਨੇ ਆਖਿਆ ਕਿ ਕੀ ਕਰੀਏ, ਜਿਹੜੀ ਪੇਟੀ ਨਿਕਲਦਾ ਨਹੀਂ। ਜਦੋਂ ਕੌਮ ਦੀ ਅਸਲੇ ਦੀ ਪੇਟੀਆਂ ਵਿੱਚੋਂ ਬਰੂਦ ਦੀ ਥਾਂ ਦੇ ਉੱਤੇ ਸਰੋਂ ਨਿਕਲਣੀ ਸ਼ੁਰੂ ਹੋ ਜਾਵੇ, ਸੰਘਰਸ਼ ਕੇਵਲ ਲੜੇ ਜਾ ਸਕਦੇ ਆ, ਜਿੱਤੇ ਨਹੀਂ ਜਾ ਸਕਦੇ। ਤੁਸੀਂ ਅਜੋਕੇ ਸੰਘਰਸ਼ਾਂ ਤੋਂ ਸਿੱਖਿਆ ਲੈ ਸਕਦੇ ਹੋ, ਸੇਧ ਲੈ ਸਕਦੇ ਹੋ ਕਿ ਜਿਉਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਰਾਦਰ ਦਾ ਕੰਮ ਸ਼ੁਰੂ ਹੋਇਆ, ਦੁਸ਼ਟਾਂ ਨੇ ਪਾਪੀਆਂ ਨੇ ਸ਼ੁਰੂ ਕੀਤਾ, ਕਿੰਨੇ ਮੋਰਚੇ ਲੱਗੇ, ਕਿੰਨੇ ਸੰਘਰਸ਼ ਹੋਏ, ਜਿਹਦੇ ਤੇ ਮਾੜੀ ਜੀ ਕੋਈ ਟੇਕ ਰੱਖਦਾ ਉਹ ਆਪਣਾ ਮੁੱਲ ਪਵਾ ਕੇ ਤੁਰਦਾ ਬਣਦਾ, ਕੌਮ ਫਿਰ ਡਾਵਾਂਡੋਲ ਹੋ ਜਾਂਦੀ। ਇਹ ਗਦਾਰੀ ਦਾ ਬੀਜ ਗਦਾਰਾਂ ਦਾ ਵੀ ਸ਼ੁਰੂ ਤੋਂ ਚੱਲਿਆ ਆਉਂਦਾ। ਕੌਮ ਨੇ ਕਦੇ ਕੱਚ ਨਹੀਂ ਕੀਤਾ, ਪਰ ਲੀਡਰਾਂ ਨੇ ਹਮੇਸ਼ਾ ਹੀ ਕੱਚ ਕੀਤਾ। ਇਹ ਸਾਡੀ ਤਰਾਸਦੀ ਹੈ। ਜਦੋਂ ਇਹ ਧੋਖਾ ਦੇ ਗਏ
ਸ਼ਾਮ ਸਿੰਘ ਅਟਾਰੀ ਦੇ ਨਾਲ ਰਹਿ ਗਏ ਨੇ ਉਹ ਅਣਖੀਲੇ ਸ਼ੇਰ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣਾ ਪਿਤਾ ਮੰਨਦੇ ਆ, ਮਾਤਾ ਸਾਹਿਬ ਕੌਰ ਨੂੰ ਆਪਣੀ ਮਾਤਾ ਮੰਨਦੇ ਆ, ਤੇ ਸ਼ਾਮ ਸਿੰਘ ਅਟਾਰੀ ਵਰਗੇ ਭਾਵਕ ਯੋਧੇ ਜਿਹੜੇ ਸ਼ੇਰੇ ਪੰਜਾਬ ਨੂੰ ਆਪਣਾ ਪੱਗ ਵੱਟ ਭਰਾ ਵੀ ਮੰਨਦੇ ਆ। ਪੱਗ ਦੀ ਲਾਜ ਦਾ ਵਾਸਤਾ ਪਾਇਆ ਸੀ ਮਹਾਰਾਣੀ ਜਿੰਦ ਕੌਰ ਨੇ, ਤੇ ਹੁਣ ਸਾਰੇ ਜਾ ਚੁੱਕੇ ਨੇ, ਗੋਰਾ ਅੱਗੇ ਨੂੰ ਵੀ ਉਤਸ਼ਾਹ ਦੇ ਵਿੱਚ। ਇੱਧਰੋਂ ਸ਼ਾਮ ਸਿੰਘ ਅਟਾਰੀ ਨੇ ਇੱਕ ਆਖਰੀ ਤਕਰੀਰ ਕੀਤੀ ਹੈ ਆਪਣੇ ਯੋਧਿਆਂ ਦੇ ਨਾਲ। ਉਹ ਤਕਰੀਰ ਕੈਸੀ ਹੈ? ਇੱਥੇ ਹੁਣ ਕੋਈ ਦੁਨਿਆਵੀ ਗੱਲ ਨਹੀਂ ਹੋਈ। ਉਹਨਾਂ ਆਖਿਆ ਕਿ ਵੇਖੋ ਗੁਰਮੁਖੋ, ਗਦਾਰਾਂ ਨੇ ਆਪਣਾ ਕੰਮ ਕਰ ਦਿੱਤਾ, ਹੁਣ ਅਸੀਂ ਆਪਣੀ ਕੌਮ ਬਦਲੇ ਆਪਣੀ ਹੋਂਦ ਬਦਲੇ ਲੜਾਂਗੇ, ਰਣ ਤੱਤੇ ਵਿੱਚ ਮਾਰੇ ਜਾਵਾਂਗੇ। ਜਿੱਤ ਨਸੀਬ ਹੋਣੀ ਵੱਖਰੀ ਗੱਲ ਹੈ, ਪਰ ਕਲਗੀਆਂ ਵਾਲੇ ਪਾਤਸ਼ਾਹ ਦੀ ਗੋਦ ਜ਼ਰੂਰ ਨਸੀਬ ਹੋ ਜਾਵੇ। ਤੇ ਜਿੰਨੇ ਕਲਗੀਆਂ ਵਾਲੇ ਦੀ ਗੋਦ 'ਚ ਬਹਿਣਾ ਉਹ ਹੁਣ ਲੜਨ ਵਾਸਤੇ ਤਿਆਰ ਹੋ ਜਾਓ। ਤੋਪਾਂ ਬੰਦ ਹੋ ਚੁੱਕੀਆਂ ਨੇ, ਰਾਈਫਲਾਂ ਬੰਦ ਹੋ ਚੁੱਕੀਆਂ ਨੇ, ਜੰਬੂਰਕੇ ਬੰਦ ਹੋ ਚੁੱਕੇ ਨੇ। ਹੁਣ ਕਲਗੀ ਧਰ ਦੀ ਬਖਸ਼ੀ ਹੋਈ ਸ਼ਮਸ਼ੀਰ ਸ੍ਰੀ ਸਾਹਿਬ ਹੀ ਸਾਡੀ ਅਸਲੀ ਸਾਖੀ ਹੈ, ਹੁਣ ਇਹਦੇ ਨਾਲ ਹੀ ਜੰਗ ਲੜੀ ਜਾਵੇਗੀ। ਸ਼ਾਮ ਸਿੰਘ ਅਟਾਰੀ ਨੇ ਆਖਰੀ ਤਕਰੀਰ ਆਪਣੇ ਯੋਧਿਆਂ ਵਿੱਚ ਜਿਵੇਂ ਕੀਤੀ, ਤੇ ਉਹਨਾਂ ਨੇ ਅੱਜ ਲਿਬਾਸ ਕਿਹੜਾ ਪਾਇਆ ਹੈ ਜੰਗ ਵਿੱਚ ਜਾਣ ਲੱਗਿਆ? ਚਿੱਟਾ ਦਸਤਾਰਾ, ਚਿੱਟਾ ਚੋਲਾ, ਇਸੇ ਤਰ੍ਹਾਂ ਚਿੱਟਾ ਮੁਖ ਦੇ ਉੱਤੇ ਕੇਸ, ਚਿੱਟਾ ਘੋੜਾ। ਇਸ ਲਿਬਾਸ ਦੇ ਨਾਲ ਬੇਮਿਆਨੀ ਤਲਵਾਰ ਲੈ ਕੇ ਸ਼ਾਮ ਸਿੰਘ ਅਟਾਰੀ ਆਪਣੇ ਯੋਧਿਆਂ ਨੂੰ ਜਿਵੇਂ ਮੰਗਾਰ ਰਹੇ ਨੇ ਜੀ, ਉਸ ਵੇਲੇ ਦਾ ਸੀਨ ਪਿਛਲੀ ਅਥਾ ਇਵੇਂ ਬਿਆਨ ਕਰ। ਹੋ ਪਿਆ ਸਿੰਘਾ ਤਾਹੀ ਵੰਗਾਰਦਾ, ਐ ਸ਼ਾਮ ਸਿੰਘ ਸਰਦਾਰ ਕਹਿੰਦਾ, ਆਣ ਬਣੀ ਹੈ ਸਿਰਾਂ ਤੇ, ਕਹਿੰਦਾ ਆਣ ਬਣੀ ਹੈ ਸਿਰਾਂ ਤੇ, ਸਾਡੇ ਮੋਢਿਆਂ ਉਤੇ ਭਾਰ ਧੋਖਾ ਲਾਲੂ ਤੇ ਜੂ ਕਰ ਗਏ। ਉਹ ਧੋਖਾ ਲਾਲੂ ਤੇ ਜੂ ਕਰ ਗਏ, ਦੌੜੇ ਹੋਣੇ ਹੋ ਗਦਾਰ ਆਪਾਂ, ਪੁੱਤਰ ਹਾਂ ਦਸ਼ਮੇਸ਼ ਦੇ, ਹਿਲਾਈ ਜਾਂਦੀਆਂ ਤੋਪਾਂ, ਤਰਤ
ਰਹੀਆਂ ਜੋ ਸਿੰਘਾਂ ਨੂੰ ਮਾਰ ਲੜਦੇ ਵੇਖ ਬੁੱਢੇ ਜਰਨੈਲ ਨੂੰ ਉਹ ਲੜਦੇ ਵੇਖ ਬੁੱਢੇ ਜਰਨੈਲ ਨੂੰ ਆ ਗਈ ਚੜ ਗੋੜਿਆਂ ਦੀ ਤਾੜੀ ਉਹਨਾਂ ਮੀਵਰਾਇਆ ਗੋਲੀਆਂ ਉਹਨਾਂ ਮੀਵਰਾਇਆ ਗੋਲੀਆਂ ਇੱਕ ਤੋਂ ਇੱਕ ਚੈਂਬਰ ਤੇ ਚਾੜ ਸੱਤ ਗੋਲੀਆਂ ਇੱਕ ਵਿੱਚ ਵੱਜੀਆਂ ਸ਼ਾਮ ਸਿੰਘ ਅਟਾਰੀ ਸੱਤ ਗੋਲੀਆਂ ਖਾ ਕੇ ਘੋੜੀ ਤੋਂ ਡਿੱਗਾ ਜਰਨੈਲ ਲਾਰਡ ਹਾਰਡਿੰਗ ਕੋਲ ਆ ਗਿਆ ਪੈਰਾਂ ਵੱਲ ਖਲੋ ਕੇ ਆਪਣਾ ਹੈਟ ਸਿਰ ਤੋਂ ਲਾ ਕੇ ਕਸ਼ ਵਿੱਚ ਮਾਰਿਆ ਸਲੂਟ ਮਾਰ ਕੇ ਕਹਿੰਦਾ ਹੈ ਜਰਨੈਲਾ ਤੂੰ ਹਾਰਿਆ ਨਹੀਂ ਤੂੰ ਆਪਣਿਆਂ ਵੱਲੋਂ ਹਰਾਇਆ ਗਿਆ ਹੈ ਸੋ ਇਹ ਉਸ ਮਹਾਨ ਇਤਿਹਾਸ ਦੇ ਵਿੱਚੋਂ ਕੁਝ ਕੁ ਕਹਿਣ ਦਾ ਯਤਨ ਕੀਤਾ ਹੈ ਇਹ ਪ੍ਰਸੰਗ ਐਮਰਜੈਂਸੀ ਜੋ ਪੈਦਾ ਹੋਇਆ ਸੀ ਕਿਉਂਕਿ ਸਾਨੂੰ ਗੁਰਮੁਖ ਪਿਆਰਿਆਂ ਨੇ ਸਰਦਾਰ ਸ਼ਾਮ ਸਿੰਘ ਅਟਾਰੀ ਦੇ ਸ਼ਹੀਦੀ ਦਿਹਾੜੇ ਉੱਤੇ ਬੁੱਕ ਕਰ ਲਿਆ ਦੋ ਦਿਨ ਪਹਿਲਾਂ ਕਹਿੰਦੇ ਕਿ ਸ਼ਾਮ ਸਿੰਘ ਅਟਾਰੀ ਸੁਣਨਾ ਅਸੀਂ ਕਹਿ ਸੁਣਾ ਦਿੰਦੇ ਹਾਂ ਕਿਉਂਕਿ ਜਥਿਆਂ ਦਾ ਸੁਣਾ ਦੀ ਦਾ ਇੱਕ ਦੂਜੇ ਦਾ ਕਹਿੰਦੇ ਜੀ ਉਹ ਕਹਿੰਦੇ ਤੁਹਾਡਾ ਲਿਖਿਆ ਸੁਣਨਾ ਮੈਂ ਜੀ ਅਸੀਂ ਤਾਂ ਲਿਖਿਆ ਨਹੀਂ ਕਹਿੰਦੇ ਤੁਸੀਂ ਅਕੈਡਮੀ ਚਲਾ ਰਹੇ ਹੋ ਸ਼ਾਮ ਸਿੰਘ ਅਟਾਰੀ ਦੇ ਨਾਂ 'ਤੇ ਪ੍ਰਸੰਗ ਨਹੀਂ ਲਿਖਿਆ ਮੈਂ ਜੀ ਕੋਈ ਗੱਲ ਨਹੀਂ ਜੇ ਤੁਸੀਂ ਕਹਿ ਤਾ ਹੁਣ ਤੇ ਕੋਈ ਗੱਲ ਨਹੀਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰਕੇ ਦੋ ਦਿਨ ਪਹਿਲਾਂ ਇਹ ਪ੍ਰਸੰਗ ਲਿਖਿਆ ਇੱਕ ਦਿਨ ਵਿੱਚ ਗੁਰੂ ਸਾਹਿਬ ਨੇ 6 ਕਵਿਤਾਵਾਂ ਦੀ ਬਖਸ਼ਿਸ਼ ਕੀਤੀ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਤਾਂ ਲਿਖੀਆਂ ਗਈਆਂ ਇੱਕ ਦਿਨ ਸਾਥੀਆਂ ਨੂੰ ਤਿਆਰ ਕਰਨ ਵਾਸਤੇ ਮਿਲਿਆ ਤੇ ਤੀਸਰੇ ਦਿਨ ਇਹ ਪ੍ਰਸੰਗ ਜਿਹੜਾ ਆ 2.5 ਘੰਟੇ ਦਾ ਸਮਾਂ ਜਿਹੜਾ ਉੱਥੇ ਉਹਨਾਂ ਨੇ ਗੁਰਮੁਖਾਂ ਨੇ ਦਿੱਤਾ ਤੇ ਉੱਥੇ ਇਹ ਪ੍ਰਸੰਗ ਪਹਿਲੀ ਵਾਰ ਤੇ ਅੱਜ ਤੁਹਾਡੀ ਸਟੇਜ ਤੇ ਦੂਸਰੀ ਵਾਰ ਬੋਲਣ ਦਾ ਮੌਕਾ ਮਿਲਿਆ ਸੋ ਜਿਉਂ ਜਿਉਂ ਪ੍ਰਸੰਗ ਵਾਰ ਵਾਰ ਲਾਈਏ ਤਿਉਂ ਤਿਉਂ ਫਿਰ ਪੱਕਾ ਵੀ ਹੁੰਦਾ ਹੈ ਉਹਦੇ ਵਿੱਚ ਹੋਰ ਚੀਜ਼ਾਂ ਵੀ ਐਡ ਹੁੰਦੀਆਂ ਜਾਂਦੀਆਂ ਸੋ ਸਾਡੀ ਕੌਮ ਦੇ ਮਹਾਨ ਢਾਡੀ ਭਾਈ ਸਾਹਿਬ ਭਾਈ ਮਿਲਖਾ ਸਿੰਘ ਜੀ ਨਾਲ ਤੋਬਾ ਸਾਹਿਬ ਤੇ ਉਹਨਾਂ ਦਾ ਪੂਰਾ ਜਥਾ ਸਟੇਜ ਉੱਤੇ ਪਹੁੰਚ ਚੁੱਕਾ ਹੈ ਉਹਨਾਂ ਦੇ ਸਤਿਕਾਰ ਵਜੋਂ ਦਾਸ ਕੀ ਲਫ਼ਜ਼ ਬੋਲੇ ਕਿਉਂਕਿ ਹਾਂਜੀ ਇੱਕ ਵਾਇਸ ਆਫ ਪੰਜਾਬ ਚੱਲ ਰਿਹਾ ਹੈ ਮੁਕਾਬਲਾ ਉਹਦੇ ਸਤਾਰਾ ਜੀ ਦੇ ਭਚੰਗੀ ਬਹੁਤ ਮੱਲਾ ਮਾਰ ਰਹੇ ਤੋਹਫ਼ਾ ਜੀ ਪਾਉਂਦੇ ਰਹਿੰਦੇ ਆ ਪੋਸਟਾਂ ਥੱਲੇ ਹਾਜ਼ਰੀ ਲਵਾਉਂਦੇ ਰਹੀਦਾ ਹੌਸਲਾ ਬਜਾਈ ਕਰਨੀ ਚਾਹੀਦੀ ਆ ਬੱਚਿਆਂ ਦੀ ਬਹੁਤ ਸੁਰ ਵਿੱਚ ਬਹੁਤ ਸੋਹਣਾ ਗਾ ਰਿਹਾ ਸੋ ਸਤਿਗੁਰੂ ਪਾਤਸ਼ਾਹ ਕਾਮਯਾਬੀਆਂ ਬਖਸ਼ਿਸ਼ ਕਰਨ ਮੈਂ ਮੌਜੀ ਸਾਹਿਬ ਬਾਰੇ ਕਹਿ ਰਿਹਾ ਸਾਂ ਕਿ ਇਹਨਾਂ ਦੇ ਪ੍ਰਚਾਰ ਦੇ ਵਿੱਚ ਇੱਕ ਸਹਿਜਤਾ ਹੈ ਇਤਨਾ ਆਨੰਦ ਆਉਂਦਾ ਸੁਣ ਕੇ ਕਿ ਪੂਰੀ ਗੱਲ ਪਕੜ 'ਚ ਆਉਂਦੀ ਜਾਂਦੀ ਸਮਝ 'ਚ ਆਉਂਦੀ ਜਾਂਦੀ ਸੋ ਇਸ ਗੱਲੋਂ ਵੀ ਇਹ ਕਦਰਦਾਨੀ ਦੇ ਹੱਕਦਾਰ ਨੇ ਸੋ ਉਹਨਾਂ ਨੇ ਆਪ ਸੰਗਤਾਂ ਦੇ ਨਾਲ ਰੂਬਰੂ ਹੋਣਾ ਹੈ ਤੋਹਫ਼ਾ ਜੀ ਆਏ ਨੇ ਨਾਲ ਸਾਰੇ ਜਥੇ ਨੂੰ ਜੀਓ ਆਇਆ ਵਿਦੇਸ਼ ਵਿੱਚ ਰਹਿੰਦੇ ਨੇ ਜਰਮਨ ਦੀ ਧਰਤੀ 'ਤੇ ਮਲਕੀਤ ਸਿੰਘ ਜੀ
ਪਰਿਵਾਰ ਵੱਲੋਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਵਾਈ ਗਈ ਹੈ। ਸਤਿਗੁਰੂ ਪਾਤਸ਼ਾਹ ਚੜ੍ਹਦੀ ਕਲਾ ਕਰਨ। ਮਨਜੀਤ ਸਿੰਘ ਜੀ ਮਿਆਦੀਆਂ, ਉਹਨਾਂ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ ਹੈ ਜੀ। ਅਰਸ਼ਦੀਪ ਸਿੰਘ ਜੀ ਦੀ ਲੰਮੀ ਉਮਰ ਵਾਸਤੇ ਅਰਦਾਸ ਹੋਈ ਹੈ। ਨਾਨਕ ਸਿੰਘ ਜੀ ਦੇ ਪਰਿਵਾਰ ਵੱਲੋਂ ਅਰਦਾਸ ਕਰਵਾਈ ਗਈ ਹੈ ਚੜ੍ਹਦੀ ਕਲਾ ਵਾਸਤੇ। ਕਾਬਲ ਸਿੰਘ ਜੀ ਪ੍ਰਧਾਨ ਸਾਹਿਬ, ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਕਰਵਾਈ ਗਈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਰੀਰ ਵਿੱਚ ਢਿੱਲ ਮੱਠ ਆ ਗਈ ਹੈ, ਸਤਿਗੁਰੂ ਪਾਤਸ਼ਾਹ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨ। ਦਲੇਰ ਸਿੰਘ ਜੀ ਕੈਨੇਡਾ ਦੀ ਧਰਤੀ ਨੇ ਚੜ੍ਹਦੀ ਕਲਾ ਵਾਸਤੇ ਅਰਦਾਸ ਹੋਈ ਹੈ ਜੀ। ਸਰਪੰਚ ਸਾਹਿਬ ਜੀ ਵੱਲੋਂ ਅਤੇ ਰਣਜੀਤ ਸਿੰਘ ਜੀ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ ਹੈ ਸਤਿਗੁਰੂ ਪਾਤਸ਼ਾਹ ਇਸ ਵੇਲੇ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਜੀ। ਹਰਪਾਲ ਸਿੰਘ ਜੀ ਤੰਦਰੁਸਤੀ ਵਾਸਤੇ ਅਰਦਾਸ ਹੋਈ ਹੈ। ਭਾਗ ਸਿੰਘ ਜੀ ਬੇਅੰਤ ਮਾਇਆ ਅਰਦਾਸ ਕਰਾਉਂਦੇ। ਨੱਥਾ ਸਿੰਘ ਜੀ, ਬਲਦੇਵ ਸਿੰਘ ਜੀ ਡਰਾਈਵਰ ਤੇ ਦਿਲਬਾਗ ਸਿੰਘ ਜੀ ਸਾਡੇ ਵੀਰ ਕਾਲਾ, ਉਹਨਾਂ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ। ਆਓ ਸਮੁੱਚੀ ਅਰਦਾਸ ਕਰੀਏ। ਕਹੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪੰਜਾਬ 7 ਟੀਵੀ ਵਾਲਿਆਂ ਦਾ ਬਹੁਤ ਧੰਨਵਾਦ, ਸਾਊਂਡ ਵਾਲੇ ਸ਼ੇਰੇ ਪੰਜਾਬ ਦਾ, ਪੂਰੀ ਟੀਮ ਆਈ ਆ ਵੀ ਅੱਜ, ਵੱਡੇ ਸ਼ੇਰੇ ਪੰਜਾਬ ਸਾਹਿਬ ਵੀ ਆਏ ਆ, ਸਾਰਿਆਂ ਦਾ ਹੀ ਧੰਨਵਾਦ। ਸਮੂਹ ਪ੍ਰਬੰਧਕਾਂ ਦਾ ਧੰਨਵਾਦ, ਸਮੂਹ ਸੰਗਤ ਦਾ ਧੰਨਵਾਦ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਗਿਆਨੀ ਗੁਰਸੇਵਕ ਸਿੰਘ ਜੀ ਪੱਧਰੀ, ਉਹਨਾਂ ਦਾ ਕਵੀਸ਼ਰੀ ਜਥਾ, ਜਿਨ੍ਹਾਂ ਨੇ ਬੜੇ ਵਿਸਤਾਰ